みちゃん。 ਸਾਤਰੀਆ ਕਾਲ ਜੀ ਪ੍ਰਾਈਮੇਰੀ ਸ਼ੈਅ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਮੈਂ ਹਾਂ ਹਰਮਨ ਥੰਦ ਮੇਰੇ ਨਾਲ ਨੇ ਅੱਜ ਧਿਆਨ ਲਗਾਈ ਬੈਠੇ ਸਵਰਨ ਸਿੰਘ ਟੈਣਾ ਜੀ ਕੁਗੀਆਂ ਵਾਲਾ ਝੱਗਾ ਪਾ ਕੇ ਸਾਤਰੀਆ ਕਾਲ ਟੈਣਾ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਕਿੱਥੇ ਧਿਆਨ ਲਗਾਇਆ ਹੋਇਆ ਕਿਤੇ ਨਹੀਂ ਵੈਸੇ ਮੜਾ ਜਿ ਖਿਆਲਾਂ ਵਿੱਚ ਗਵਾਚ ਗਿਆ ਸੀ ਵੀ ਇਧਰਲਾ ਖਿਆਲ ਆ ਗਿਆ ਇਧਰਲਾ ਆ ਗਿਆ ਬੰਦੇ ਦਾ ਖਿਆਲ ਐਂ ਹੁੰਦੇ ਆ ਨਾ ਆ ਖਿਆਲ ਉਡਾਰੀਆਂ ਤਾਂ ਹਮੇਸ਼ਾ ਮਤਲਬ ਉਡਾਰੀਆਂ ਭੜਦੀਆਂ ਰਹਿਣੀਆਂ ਚਾਹੀ ਸਹੀ ਗੱਲ ਜੀ ਤੇ ਨਹੀਂ ਆ ਘੁੱਗੀਆਂ ਅੱਜ ਵੀ ਪਾਈਆਂ ਫੇਰ ਉਹੀ ਗੱਲ ਮੈਂ ਤੁਹਾਨੂੰ ਕਹਿ ਆ ਕਿ ਮੈਂ ਮੈਂ ਦੇਖਣਾ ਸੀ ਉਹ ਉੱਡੀ ਕੇ ਨਾਲ ਪੰਛੀਆਂ ਨਾਲ ਬੜਾ ਪਿਆਰ ਕਰਦਾ ਜੀ ਤੇ ਇਹ ਪੰਛੀਆਂ ਨੂੰ ਫਿਰ ਮੈਂ ਆਪਣੇ ਝੱਗੇ ਦੇ ਉੱਤੇ ਜਮਾ ਕਰਕੇ ਰੱਖਿਆ ਤੇ ਚੰਗਾ ਲੱਗਦਾ ਜੇ ਭੜਾ ਲੱਗਦਾ ਆਪਾਂ ਕੱਲ ਤੋਂ ਨਹੀਂ ਪਾਉਂਦੇ ਨਹੀਂ ਨਹੀਂ ਮੈਨੂੰ ਇਹ ਸੀ ਟੈਣਾ ਸਾਹਿਬੀ ਤੋਤਾ ਹੋਊਗਾ ਝੱਗਾ ਸ਼ਾਇਦ ਇੱਕ ਦਿੱਕਤ ਦੀ ਕੁਗੀ ਉੜ ਗਈ ਹੋਵੇ ਪਰ ਨਹੀਂ ਸਾਰੀਆਂ ਬੈਠੀਆਂ ਨੇ ਅੱਛਾ ਹਾਂ ਬਹੁਤ ਸਿਆਣੀ ਗੱਲ ਕੀਤੀ ਹੈ ਇਹਨਾਂ ਨੂੰ ਐ ਕਰੋ ਦੀਵਾਲੀ ਤੇ ਤੋਹਫੇ ਭੇਜੋ ਇਹਨਾਂ ਨੇ ਬੜੀ ਸਿਆਣੀ ਗੱਲ ਕੀਤੀ ਹੈ ਨਹੀਂ ਉਹ ਤਾਂ ਬਣਦੇ ਆ ਤੁਹਾਡੇ ਕੁੱਤੋਂ ਵੀ ਬਣਦੇ ਨੇ ਉਹ ਤਾਂ ਤੋਹਫੇ ਹਰ ਕਿਸੇ ਨੂੰ ਤੋਹਫੇ ਦੇਣੇ ਚਾਹੀਦੇ ਨੇ ਠੀਕ ਹੈ ਜੀ ਇਹਦੇ 'ਚ ਕਿਹੜੀ ਗੱਲ ਹੈ ਸ਼ੁਰੂਆਤ ਉਹਨੂੰ ਕਰਨੀ ਚਾਹੀਦੀ ਜਿਹੜਾ ਕਵੇ ਨਾ ਇਹ ਗੱਲ ਉਹਨੂੰ ਸ਼ੁਰੂਆਤ ਕਰ ਦੇਣੀ ਚਾਹੀਦੀ ਆ ਫਿਰ ਦੂਜੇ ਨੂੰ ਥੋੜੀ ਜੀ ਸੰਗ ਆਵੇ ਫਿਰ ਉਹ ਵੀ ਲੈ ਕੇ ਦੇਵੇਂ ਮੈਂ ਜ਼ਰੂਰ ਲੈ ਕੇ ਆਉਂਗੀ ਤੋਹਫੇ ਦੀ ਕੋਈ ਕੀਮਤ ਥੋੜੀ ਹੁੰਦੀ ਆ ਜਾਨਾ ਸਾਹਿਬ ਤੋਹਫਾ ਤਾਂ ਇੱਕ ਟੌਫੀ ਵੀ ਹੋ ਸਕਦੀ ਆ ਇਧਰ ਵੀ ਦੋ ਟੌਫੀਆਂ ਦਾ ਆਊਗਾ ਫਿਰ ਕੀ ਕੋਈ ਹਾਂ ਮੁੱਦੇ ਦੀ ਗੱਲ ਇਹ ਆ ਵੀ ਪਹਿਲਾਂ ਮੌਸਮ ਦੀ ਹਾਲ ਬਿਆਨ ਨਹੀਂ ਕਰ ਦਿਓ ਪੰਜਾਬ ਦੇ ਵਿੱਚ ਮੌਸਮ ਪਾਈ ਕੱਲ ਤਾਂ ਠੀਕ ਰਿਹਾ ਕੱਲ ਕਿਤੇ ਕੜੀਆਂ ਪੈਣ ਦੀ ਖਬਰ ਨਹੀਂ ਆਈ ਅੱਜ ਵੀ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਤੇ ਧੁੱਪ ਸੋਹਣੀ ਨਿਕਲੀ ਵੀ ਆ ਪਰ ਰਾਤ ਦੇ ਵੇਲੇ ਇੱਕਦਮ ਹੁਣ ਮੌਸਮ ਠੰਡਾ ਹੋਣ ਲੱਗ ਪਿਆ ਮੈਨੂੰ ਲੱਗਦਾ ਵੀ ਦੀਵਾਲੀ ਤੋਂ ਬਾਅਦ ਇੱਕਦਮ ਹੋਰ ਰਾਤ ਦੇ ਵੇਲੇ ਠੰਡ ਵਧਣੀ ਆ ਤੇ ਜਿਸ ਤਰੀਕੇ ਦੇ ਨਾਲ ਰਾਤ ਨੂੰ ਹੁਣ ਠੰਡ ਵਧ ਰਹੀ ਹੈ ਤੇ ਹੁਣ ਖੇਸੀ ਜੀ ਲੈਣੀ ਪੈਂਦੀ ਹੈ। ਹਾਂਜੀ ਖੇਸੀ ਤੋਂ ਕੰਬਲ ਤੇ ਕੰਬਲ ਤੋਂ ਰਜਾਈ ਤੇ ਰਜਾਈ ਤੋਂ ਰਜਾਈ ਦੇ ਉੱਤੇ ਕੰਬਲ ਜੋੜ ਕੇ ਫਿਰ ਹੌਲੀ-ਹੌਲੀ ਮੌਕਾ ਜਦਾਂ ਆ ਜਾਣਾ। ਵਾਕੇ ਫਿਰ ਹੀਟਰਾਂ ਵਾਲਾ ਮੌਕਾ ਆਊਗਾ। ਫਿਰ ਧੁੰਦਾਂ ਵਾਲਾ। ਫਿਰ ਧੁੰਦਾਂ ਵਾਲਾ ਮੌਕਾ ਆਊਗਾ। ਪਰ ਗੱਲ ਇਹ ਆ ਵੀ ਭਾਈ ਮੰਡੀਆਂ ਦੇ ਵਿੱਚ ਕਿਸਾਨ ਲਗਾਤਾਰ ਬੈਠੇ ਆ। ਜੀ ਤੇ ਮੰਡੀਆਂ 'ਚ ਧੋਨਾ ਲਗਾਤਾਰ ਆ ਰਿਹਾ ਤੇ ਹਾਲੇ ਹੋਰ ਬਹੁਤ ਵੱਡੇ ਪੱਧਰ ਤੇ ਆਉਣਾ ਬਾਕੀ ਆ। ਕੁਦਰਤ ਸੁਵਲੀ ਨਜ਼ਰ ਰੱਖੇ ਮੀਂਹ ਨਾ ਪਵੇ ਇਹਦੀ ਅਰਦਾਸ ਆ ਜੀ ਤੇ ਹੁਣ ਆਪਣਾ ਚਾਹੇਦਾ ਵਿਚਾਰ ਪੇਸ਼ ਕਰ ਹੁਣ ਗਵਰਨਰ ਸਾਹਿਬ ਨੂੰ ਚਾਹੇਦਾ ਵਿਚਾਰ ਜਿਹੜਾ ਜੀ ਉਹ ਇਹ ਆ ਕਿ ਜਿੱਤ ਤੇ ਹਾਰ ਤੁਹਾਡੀ ਸੋਚ ਦੇ ਉੱਤੇ ਨਿਰਭਰ ਕਰਦੀ ਆ ਹੂੰ ਜਿੱਤ ਹਾਰ ਤੁਹਾਡੀ ਸੋਚ ਦੇ ਉੱਤੇ ਨਿਰਭਰ ਕਰਦੀ ਆ ਜੇ ਤਾਂ ਮੰਨ ਲਈ ਤਾਂ ਹਾਰ ਤੇ ਜੇ ਲੜ ਲਏ ਤਾਂ ਜਿੱਤ ਵਾ ਵਾ ਜੇ ਲੜ ਕੇ ਅੱਗੇ ਵਧੋਂਗੇ ਤਾਂ ਜਿੱਤੋਂਗੇ ਜ਼ਰੂਰ ਤੇ ਜੇ ਢੇਰੀ ਟਾ ਕੇ ਬਹਿ ਜਾਓਗੇ ਤਾਂ ਤੁਹਾਨੂੰ ਕੋਈ ਜਤਾ ਨਹੀਂ ਸਕਦਾ ਫਿਰ ਹਾਰ ਹੀ ਪਏ ਆ ਜੀ ਤੇ ਇੱਥੇ ਲੜਨ ਦਾ ਮਤਲਬ ਇਹ ਨਹੀਂ ਆ ਵੀ ਕਾਪਾ ਕੱਢੀ ਫਿਰ ਗਿਆ ਆਪਾਂ ਇੱਕ ਜਿਹਾ ਸਿਰ ਪਾੜਦੇ ਇੱਥੇ ਹਾਲਾਤਾਂ ਨਾਲ ਲੜਨ ਦੀ ਗੱਲ ਹਾਲਾਤ ਨਾਲ ਲੜਨ ਦੀ ਗੱਲ ਆ ਇਹ ਨਹੀਂ ਵੀ ਜੁੰਡੇ ਪਟਣੇ ਆਪਾਂ ਕਹਿੰਦੇ ਟਾ ਲੈਣਾ ਢਿੱਡ ਤੇ ਬਹਿ ਕੇ ਮੁੱਕੇ ਮਾਰਨੇ ਆ 24 ਘੰਟੇ ਹੱਥ ਤੇ ਡਾਂਗ ਫੜੀ ਹੋਵੇ ਜਿਹੜਾ ਆਗੇ ਉਹਦੇ ਗਿੱਟਿਆਂ 'ਚ ਹੀ ਮਾਰੀ ਜਾਣੀ ਆ ਐਦਾਂ ਨਹੀਂ ਆਪਾਂ ਹਾਲਾਤ ਨਾਲ ਹਾਲਾਤ ਨਾਲ ਲੜਨਾ ਪਰਿਸਥਿਤੀਆਂ ਨਾਲ ਲੜਨਾ ਔਖੇ ਗੱਲ ਇਹ ਵੀ ਹਾਰ ਕਿਵੇਂ ਮਹਿਸੂਸ ਕਰਦੇ ਆ ਤੁਸੀਂ ਜੇ ਲੜਕੇ ਵੀ ਹਾਰਦੇ ਆ ਤਾਂ ਕੁਝ ਨਾ ਕੁਝ ਸਿੱਖ ਕੇ ਨਿਕਲਦੇ ਆ ਪਰ ਜਦੋਂ ਤੁਸੀਂ ਲੜਾਈ ਲੜਦੇ ਆ ਅਖੀਰ ਤੱਕ ਜਿੱਤਦੇ ਜ਼ਰੂਰ ਹੋ ਬਿਲਕੁਲ ਸਹੀ ਗੱਲ ਹੈ ਨਾਲੇ ਵੈਸੇ ਵੀ ਟਾਣਾ ਸਾਹਿਬ ਕਹਿੰਦੇ ਹੁੰਦੇ ਆ ਨਾ ਕਿ ਤੁਹਾਡਾ ਤੁਸੀਂ ਕਿਸੇ ਵੀ ਮੈਦਾਨ ਦੇ ਵਿੱਚ ਜਦੋਂ ਹਿੱਸਾ ਲੈਣੇ ਜਦੋਂ ਉੱਤਰਦੇ ਉਹ ਚੀਜ਼ ਜ਼ਿਆਦਾ ਮਾਇਨੇ ਰੱਖਦੀ ਜਦੋਂ ਤੁਸੀਂ ਚੁਣੌਤੀ ਨੂੰ ਕਬੂਲ ਕਰ ਲੈਨੇ ਹੋ ਕਿ ਮੈਂ ਇਸ ਰਾਹ ਦੇ ਉੱਪਰ ਤੁਰ ਕੇ ਤੇ ਸਫਲਤਾ ਹਾਸਲ ਕਰਨੀ ਹੀ ਕਰਨੀ ਹੈ ਤੇ ਫਿਰ ਉਸ ਚੁਣੌਤੀ ਨੂੰ ਕਬੂਲ ਕਰਨਾ ਹੀ ਬਹੁਤ ਵੱਡੀ ਗੱਲ ਹੈ ਘੱਟੋ ਘੱਟ ਕੁਝ ਕਰਨ ਦੀ ਕੋਸ਼ਿਸ਼ ਤਾਂ ਕਰੋਗੇ ਨਾ ਹੁਣ ਮੇਰੇ ਵਾਲਾ ਚਾਹਨਾ ਵਿਚਾਰ ਟੜਾ ਸਭ ਸਭ ਤੋਂ ਕੀਮਤੀ ਗਹਿਣਾ ਕਿਹੜਾ ਹੁੰਦਾ ਗਹਿਣਾ ਤਾਂ ਭਾਈ ਐ ਵੀ ਸਾਰੇ ਚੰਗੇ ਹੁੰਦੇ ਆ ਗਹਿਣਾ ਕਿਸੇ ਕੁੜੀ ਨੂੰ ਚੰਗਾ ਲੱਗਦਾ ਮੇਰੇ ਕਾਂਟੇ ਵਧੀਆ ਹੋਣ ਅੱਛਾ ਜੀ ਕਿਸੇ ਨੂੰ ਲੱਗਦਾ ਵੀ ਭਾਈ ਮੇਰਾ ਝੁੰਮਕਾ ਹੋਵੇ ਬਰੇਲੀ ਦੇ ਬਾਜ਼ਾਰ ਚ ਜਿਹੜੇ ਡਿੱਗਿਆ ਪਿਆ ਸੀ ਕਿਨਾਂ ਦੇ ਮੇਰਾ ਕੋਕਾ ਹਾਈ ਨਹੀਂ ਮੇਰਾ ਕੋਕਾ ਹੋਵੇ ਹਾਂ ਕਿਸੇ ਨੂੰ ਸਿਕੰਦਰੀਆਂ ਜੀ ਨੂੰ ਕਹਦੇ ਵੀ ਭਾਈ ਝਾਂਜਰਾ ਹਾਂਜੀ ਹਾਂਜੀ ਉਹਨੂੰ ਸਾਡੇ ਪਿੰਡਾਂ ਵਿੱਚ ਸਿਕੰਦਰੀਆਂ ਕਹਿ ਦਿੰਦੇ ਆ ਅੱਛਾ ਜੀ ਹਾਂ ਉਹ ਕਿਸੇ ਨੂੰ ਕੰਗਣ ਚੰਗੇ ਲੱਗਦੇ ਆ ਕਿਸੇ ਨੂੰ ਰਾਣੀ ਹਾਰ ਚੰਗਾ ਲੱਗਦਾ ਕਿਸੇ ਨੂੰ ਕੁਝ ਬੰਦੇ ਦੇ ਮੰਦੀ ਅਵਸਥਾ ਕਿਸੇ ਨੂੰ ਕਿਤਾਬਾਂ ਗਹਿਣਾ ਲੱਗਦਾ ਕਿਸੇ ਨੂੰ ਮਾਂ ਬਾਪ ਗਹਿਣੇ ਵਰਗੇ ਲੱਗਦੇ ਆ ਕਿਸੇ ਨੂੰ ਨਿਆਣਾ ਹੀ ਵਧੀਆ ਗਹਿਣਾ ਲੱਗਦਾ ਵੱਖੋ ਵੱਖਰੀਆਂ ਗੱਲਾਂ ਆ ਜਿਹੜੀਆਂ ਬਾਅਦ 'ਚ ਤੁਸੀਂ ਗੱਲਾਂ ਕੀਆ ਉਹ ਤਾਂ ਗਹਿਣੇ ਚਲੋ ਮੈਂ ਮੰਨਦੀ ਆ ਪਰ ਸਭ ਤੋਂ ਕੀਮਤੀ ਗਹਿਣਾ ਕੋਈ ਪਿੱਪਲ ਪੱਤੀਆਂ ਕੋਈ ਸੱਗੀ ਫੁੱਲ ਕੋਈ ਰਾਣੀ ਹਾਰ ਕੋਈ ਕੈਂਠਾ ਕੁਝ ਨਹੀਂ ਹੁੰਦਾ ਸਭ ਤੋਂ ਕੀਮਤੀ ਗਹਿਣਾ ਹੌਸਲਾ ਹੁੰਦਾ ਜਿਹਦੇ ਕੋਲੇ ਹੈ ਉਹ ਦੁਨੀਆ ਸਰ ਕਰ ਸਕਦਾ ਤੇ ਜਿਹਦੇ ਕੋਲ ਨਹੀਂ ਹੈ ਉਹ ਚਾਕੇ ਵੀ ਕੁਝ ਨਹੀਂ ਕਰ ਸਕਦਾ ਇਹ ਤਾਂ ਗੱਲ ਸੱਚੀ ਆ ਵੀ ਜਿਹਦੇ ਕੋਲੇ ਹੌਸਲਾ ਹੈ ਨਾ ਉਦੇ ਕੋਲੇ ਹੋਰ ਕੁਝ ਹੋਵੇ ਨਾ ਹੋਵੇ ਹੌਸਲੇ ਤੋਂ ਬਿਨਾ ਤਾਂ ਕੋਲੇ ਭਾਵੇਂ ਢੇਰ ਪਏ ਹੁਣ ਰੁਪਈਆਂ ਦੇ ਉਹ ਵੀ ਨਹੀਂ ਖਰਚੇ ਜਾਂਦੇ ਜੀ ਉਹਦੇ ਲਈ ਵੀ ਹੌਸਲਾ ਚਾਹੀਦਾ ਨਹੀਂ ਤਾਂ ਆਮ ਤੌਰ ਤੇ ਬੰਦੇ ਨਾ ਮਰੂ 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 ਕਰਦੇ ਜਹਾਨੂੰ ਤੁਰ ਜਾਂਦੇ ਆ ਤੇ ਰੁਪਈਏ ਬਾਅਦ ਵਿੱਚ ਨਿਆਣਿਆਂ ਦੇ ਕੰਮ ਆਉਂਦੇ ਆ ਜੀ ਉਹਨਾਂ ਨੇ ਨਾ ਤਾਂ ਜਿਉਂਦੇ ਜੀ ਆਪ ਵਰਤੇ ਹੁੰਦੇ ਤੇ ਨਾ ਹੀ ਜਿਉਂਦੇ ਜੀ ਨਿਆਣਿਆਂ ਨੂੰ ਵਰਤਨ ਦਿੱਤੇ ਹੁੰਦੇ ਆ ਐ ਬਿਲਕੁਲ ਸੱਪ ਬਣ ਕੇ ਬਹਿ ਜਾਂਦੇ ਉੱਤੇ ਰੁਪਈਆ ਨਹੀਂ ਘਟਣ ਦੇਣਾ ਜੀ ਇਹਦੀ ਰਾਖੀ ਰੱਖਣੀ ਬਸ ਤੇ ਕਹਿਣਗੇ ਪਤਾ ਕੀ ਨਾਲ ਨਹੀਂ ਕੁਝ ਵੀ ਜਾਣਾ ਐ ਹੀ ਰਹਿ ਜਾਣਾ ਇਹ ਦੁਨੀਆਵੀ ਗੱਲਾਂ ਸਿਕੰਦਰ ਦੇ ਹੱਥ ਬਾਹਰ ਸੀ ਖਾਲੀ ਸੀ ਕਫਨ ਦੇ ਜੇਬ ਨਹੀਂ ਹੁੰਦੀ ਅੜੇ ਅੜੇ ਮੀਟਰ ਮੀਟਰ ਲੰਮੇ ਸ਼ਬਦ ਕੱਢਣਗੇ ਤੇ ਰੁਪਈਆ ਕਿਸੇ ਨੂੰ ਇੱਕ ਨਹੀਂ ਦੰਦੇਗੇ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ ਪਰ ਜਿੱਥੇ ਲੋੜ ਆ ਕੋਈ ਦਵਾਈ ਚਾਹੀਦੀ ਹੈ ਕੋਈ ਤੁਹਾਨੂੰ ਹੋਰ ਜ਼ਰੂਰਤ ਦੀ ਚੀਜ਼ ਚਾਹੀਦੀ ਹੈ ਜਿੱਥੇ ਜ਼ਰੂਰਤ ਆ ਪੈਸਾ ਖਰਚਣ ਦੀ ਉੱਥੇ ਤਾਂ ਖਰਚਣਾ ਹੀ ਚਾਹੀਦਾ ਨਾ ਸਾਹ ਕੁੱਟਿਆ ਕਦੇ ਉਮਰ ਨਹੀਂ ਵਾਦੀ ਬਿਲਕੁਲ ਸਹੀ ਇਸ ਕਰਕੇ ਭਾਈ ਜੇਕਰ ਤੁਹਾਡੇ ਕੋਲੇ ਹੈ ਤਾਂ ਨਾਲ-ਨਾਲ ਖਰਚੀ ਜਾਓ ਤੇ ਜੇ ਹੈ ਨਹੀਂ ਤਾਂ ਮਿਹਨਤ ਕਰੋ ਨਿਠ ਕੇ 10000 ਵਾਲਾ ਕੰਮ ਆਪਾਂ ਕਰਗੇ ਨਾ ਤਾਂ 50 ਵਾਲਾ ਮਿਲੇ ਨਾ ਤੇ ਇਹ ਵੀ ਗੱਲ ਗਲਤ ਆ ਜਦੋਂ 50 ਵਾਲਾ ਮਿਲਦਾ ਹੋਇਆ ਪਰ ਮੇਰੇ ਕਹੀ ਕਹਿੰਗੇ ਇੱਥੇ ਨਹੀਂ ਕੁਝ ਕਰਨਾ ਪੱਕਾ ਹੀ ਲੱਗੂ ਜਿੱਥੇ ਲੱਗਾ ਜੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨਜੀਤ ਮੈਨੂੰ ਦਾ ਮੇਰੇ ਇੱਕ ਬੜੇ ਪਿਆਰੇ ਸਜਣ ਨੇ ਇੱਕ ਸੁਨੇਹਾ ਭੇਜਿਆ ਤੇ ਮੈਨੂੰ ਬੜਾ ਵਧੀਆ ਲੱਗਾ ਕੀ ਜੀ ਤੁਸੀਂ ਗੌਰ ਨਾਲ ਸੁਣਿਓ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਸਰਕਾਰੀ ਮੁਲਾਜ਼ਮ ਦੇ ਕੰਮਕਾਜ ਤੋਂ ਖੁਸ਼ ਹੋ ਕੇ ਤੇ ਉਹਨੂੰ ਵਿਭਾਗ ਨੇ ਇੱਕ ਸਾਈਕਲ ਤੋਹਫੇ ਦੇ ਤੌਰ ਤੇ ਲੈਤਾ ਠੀਕ ਹੈ ਤੇ ਉਸ ਮੁਲਾਜ਼ਮ ਦੇ ਅਫਸਰ ਨੇ ਉਹਨੂੰ ਪੁੱਛਿਆ ਵੀ ਖੁਸ਼ ਆ ਹੂੰ ਸਾਈਕਲ ਮਿਲ ਗਿਆ ਹੁਣ ਖੁਸ਼ ਆ ਉਹ ਕਹਿੰਦਾ ਥੋੜਾ ਜਿਹਾ ਹਾਂ ਵੀ ਤੇ ਥੋੜਾ ਜਿਹਾ ਨਹੀਂ ਵੀ ਕਿਉਂ ਉਹ ਕਹਿੰਦਾ ਖੁਸ਼ ਕਿਹੜੀ ਗੱਲਾਂ ਆ ਕਹਿੰਦਾ ਸਾਈਕਲ ਮਿਲਿਆ ਹੂੰ ਤੇ ਖੁਸ਼ ਕਿਹੜੀ ਗੱਲੋਂ ਨਹੀਂ ਕਹਿੰਦੇ ਵੀ ਇਹਦੇ ਤੱਕ ਕੈਰੀਅਰ ਹੈ ਨਹੀਂਗਾ ਹੂੰ ਬਾਕੀ ਸਭ ਕੁਝ ਤਾਂ ਠੀਕ ਆ ਕੈਰੀਅਰ ਹੈ ਨਹੀਂਗਾ ਹੂੰ ਉਹ ਕਹਿੰਦਾ ਬਸ ਠੀਕ ਆ ਇੰਨੀ ਗੱਲ ਆ ਆਪਾਂ ਕੈਰੀਅਰ ਲਵਾ ਦਨੇ ਆ ਹੂੰ ਲਓ ਜੀ ਉਹਨੇ ਆਪਦਾ ਚਪੜਾਸੀ ਭੇਜਿਆ ਕਹਿੰਦੇ ਵੀ ਐਂਓ ਕਰੋ ਇਹਦਾ ਸਟੈਂਡ ਲਾ ਦਿਓ ਤੇ ਕੈਰੀਅਰ ਲਵਾ ਦਿਓ ਹੂੰ ਲਓ ਜੀ ਉਹ ਸਾਈਕਲ ਦੇ ਕੈਰੀਅਰ ਲਵਾ ਕੇ ਆ ਵਾਪਸ ਕੀਤਾ ਮੁਲਾਜ਼ਮ ਨੂੰ ਹੂੰ ਕਹਿੰਦਾ ਵੀ ਹੁਣ ਖੁਸ਼ ਆ ਕਹਿੰਦਾ ਨਹੀਂ ਹੁਣ ਇਹਦਾ ਕੈਰੀਅਰ ਤਾਂ ਹੈਗਾ ਇਹਦਾ ਸਟੈਂਡ ਹੈ ਨਹੀਂਗਾ ਤੇ ਫਿਰ ਉਹ ਅਧਿਕਾਰੀ ਨੇ ਇਹ ਗੱਲ ਕਹੀ ਕਿਹਦਾ ਦੇਖੋ ਵੀ ਜਿਹੜਾ ਸਰਕਾਰੀ ਮੁਲਾਜ਼ਮ ਹੁੰਦਾ ਨਾ ਹੂੰ ਉਹਨੂੰ ਕੈਰੀਅਰ ਤੇ ਸਟੈਂਡ ਇੱਕੋ ਵੇਲੇ ਨਹੀਂ ਮਿਲਦਾ ਹੂੰ ਜੇ ਤੁਸੀਂ ਕੈਰੀਅਰ ਦਾ ਫਿਕਰ ਕਰਦੇ ਆ ਤੇ ਫਿਰ ਤੁਹਾਡਾ ਕੋਈ ਸਟੈਂਡ ਨਹੀਂ ਰਹਿੰਦਾ ਹੂੰ ਤੇ ਜੇ ਤੁਸੀਂ ਸਟੈਂਡ ਦਾ ਫਿਕਰ ਕਰਦੇ ਹੋ ਵੀ ਮੈਂ ਸਟੈਂਡ ਲੈ ਆ ਰਹਿਣਾ ਤੇ ਫਿਰ ਤੁਹਾਡਾ ਕੈਰੀਅਰ ਨਹੀਂ ਬਣਦਾਗਾ ਇਸ ਕਰਕੇ ਦੋਵੇਂ ਚੀਜ਼ਾਂ ਕਈ ਵਾਰ ਸਰਕਾਰੀ ਵਿਭਾਗਾਂ ਦੇ ਵਿੱਚ ਇੱਕੋ ਵੇਲੇ ਨਹੀਂ ਮਿਲਦੀਆਂ ਜੀ ਮੈਂ ਨਹੀਂ ਕਹਿੰਦਾ ਵੀ ਪਾਈਏ ਗੱਲ ਹਰ ਇੱਕ ਦੇ ਉੱਤੇ ਲਾਗੂ ਹੁੰਦੀ ਹੋਣੀ ਜਾਂ ਨਹੀਂ ਹੁੰਦੀ ਹੋਣੀ ਪਰ ਆਮ ਤੌਰ ਦੇ ਉੱਤੇ ਦੇਖਣ ਨੂੰ ਇਹੀ ਆਉਂਦਾ ਹਮ ਆਮ ਤੌਰ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਦੇਖਣ ਨੂੰ ਇਹੀ ਆਉਂਦਾ ਪਰ ਭਾਈ ਆਪਦਾ ਸਟੈਂਡ ਵੀ ਹੋਣਾ ਚਾਹੀਦਾ ਸਟੈਂਡ ਬਿਨਾ ਸਾਈਕਲ ਨਹੀਂ ਖੜਦਾਗਾ ਬੰਦਾ ਪਤਾ ਨਹੀਂ ਕਿਵੇਂ ਖੜ ਜਾਂਦਾ ਤੇ ਕੈਰੀਅਰ ਆਪਦਾ ਆਪਾਂ ਵਿਖੇ ਚਮਕਦਾਰ ਬਣਾਉਣ ਦੇ ਲਈ ਮਿਹਨਤ ਕਰਨੀ ਚਾਹੀਦੀ ਆ ਬਸ ਵਧੀਆ ਹੀ ਆ ਜੀ ਤੇ ਆਪਾਂ ਤਿਉਹਾਰਾਂ ਦੀ ਮੌਸਮ ਦੀ ਗੱਲ ਵੀ ਕਰ ਲਈਏ ਟਾਣਾ ਸਾਹਿਬ ਦੀਵਾਲੀ ਆ ਰਹੀ ਹੈ ਹੁਣ ਭਾਈ ਦੀਵਾਲੀ ਆ ਕਰਵਾ ਚੌਥ ਵੀ ਹੈ ਬੀਬੀਆਂ ਦਾ ਹਾਂ ਕਰਵਾ ਚੌਥ ਹਾਂ ਸਾਚ ਕਰਵਾ ਚੌਥ ਬੀਬੀਆਂ ਦਾ ਜੀ ਭਾਈ ਪਤਾ ਲੱਗਾ ਮੈਨੂੰ ਕਿ ਪਿਛਲੇ 2 ਦਿਨਾਂ ਤੋਂ ਇੰਟਰਨੈਟ ਦੀ ਸਪੀਡ ਪੂਰੀ ਫੁੱਲ ਬਟਾ ਫੁੱਲ ਅੱਗੇ ਪਾਉਣਾ ਜੋ ਹੁੰਦਾ ਹੁੰਦਾ ਸੀ ਨਾ ਇਹ ਉਹ ਹੁਣ ਬੰਦ ਹੋ ਗਿਆ ਪਰ ਉਹਦਾ ਸਪੀਡ ਦਾ ਕਰਵਾ ਚੌਥ ਨਾਲ ਕੀ ਸਬੰਧ ਜਦੋਂ ਬੀਬੀਆਂ ਨੇ ਮਹਿੰਦੀ ਲੱਗੀ ਉਹ ਤਾਂ ਡੈਟ ਵਰਤ ਲੀਆਂ ਨਹੀਂ ਹੁਣ ਬੰਦੇ ਵਰਤਦੇ ਆ ਇਹ ਜ਼ਿਆਦਾ ਹੋ ਗਿਆ ਟਾਣਾ ਸਾਹਿਬ ਐਡੀ ਵੀ ਕੋਈ ਗੱਲ ਨਹੀਂ ਹੈ ਗੱਲ ਕੀਤੀ ਆ ਕੋਈ ਮੈਡੀਕਲ ਕਹੀ ਹੈ ਸਭ ਮੈਨਾਂ ਯਾ ਸੀ ਇਹ ਮਾੜੀ ਕੀ ਹੈ ਕਿ ਚੱਕੜੀ ਕੀ ਹੈ ਹਾਂ ਇੱਧਰ ਨੇ ਪਾਸੇ ਦੇ ਨਾਲ ਐ ਬਾਲਾ ਵਰਤੇ ਨਹੀਂ ਜਾਂਦਾ ਐ ਕਰਕੇ ਨਾ ਇਹ ਨਾਲੇ ਫੋਨ ਦੀ ਸਕਰੀਨ ਗੰਦੀ ਹੁੰਦੀ ਹੈ ਹਾਂ ਹਾਂ ਨਾਲੇ ਮਹਿੰਦੀ ਖਰਾਬ ਹੁੰਦੀ ਹੈ ਸਹੀ ਇਸ ਲਈ ਮਤਲਬ ਸਭ ਚੱਲ ਰਿਹਾ ਚੱਲ ਰਿਹਾ ਮਤਲਬ ਮੇਰੇ ਭਾਈ 5G ਬਣਿਆ ਹੋਇਆ 4G ਨੂੰ 5G ਮੰਨੋ ਪਰ ਮੈਂ ਇੱਕ ਇਹ ਤਿਉਹਾਰਾਂ ਦੇ ਮੌਸਮ ਦੀ ਗੱਲ ਇਸ ਲਈ ਛੇੜੀਆ ਕਰਵਾ ਚੌਥ ਦੀ ਆਗੇ ਦਿਵਾਲੀ ਆਉਣੀ ਆ ਉਹਦੀ ਗੱਲ ਇਸ ਲਈ ਛੇੜੀਆ ਤੁਹਾਨੂੰ ਨਹੀਂ ਲੱਗਦਾ ਕਿ ਹੁਣੇ ਤਿਉਹਾਰ ਫਿੱਕੇ ਹੋ ਗਏ ਟਾਣਾ ਸਾਹਿਬ ਜਿਹੜੀਆਂ ਰੌਣਕਾਂ ਜੋ ਸਾਰਾ ਕੁਝ ਪਹਿਲਾਂ ਬਾਜ਼ਾਰਾਂ ਚ ਆਲੇ ਦੋਲੇ ਵੇਖਣ ਨੂੰ ਮਿਲਦਾ ਸੀ ਉਹ ਮੈਨੂੰ ਲੱਗਦਾ ਕਿ ਹੁਣ ਨਾ ਬਹੁਤ ਘੱਟ ਹੋ ਗਿਆ ਐਸੇ ਦੇਖੋ ਬੰਦਾ ਇਹ ਆ ਵੀ ਹਰ ਚੀਜ਼ ਹੋ ਗਈ ਬੜੀ ਮਹਿੰਗੀ ਜੀ ਤੇ ਹਰ ਚੀਜ਼ ਦੇ ਵਿੱਚ ਬੇਲੋੜੇ ਸ਼ਗਨ ਵੜ ਗਏ ਜੀ ਮੈਂ ਤਾਂ ਰਿਪੋਰਟ ਪੜ੍ਹੀ ਕਹਿੰਦੇ ਸਪਟੰਬਰ ਦੇ ਵਿੱਚ ਮਹਿੰਗਾਈ ਸਭ ਤੋਂ ਉੱਚਲੇ ਪੱਧਰ ਤੇ ਆ ਹਰ ਪਾਸੇ ਹੀ ਆ ਤੁਸੀਂ ਇੰਗਲੈਂਡ ਚ ਜਾ ਕੇ ਦੇਖੋ कोरोना महामारी ਤੋਂ ਬਾਅਦ ਇੱਕਦਮ ਮਹਿੰਗਾਈ ਦੇ ਪੂ ਚੱਕੀ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਹਰ ਤੇ ਉਹ ਹਾਰ ਦੇ ਵਿੱਚ ਨਾ ਬੇ ਲੋੜੇ ਸ਼ਗਨ ਵੜ ਗਏ ਹੁਣ ਅੱਗੇ ਔਰਤਾਂ ਕਰਵਾ ਚੌਥ ਦਾ ਵਰਤ ਰੱਖਦੀਆਂ ਸੀ ਵਰਤ ਰੱਖਣਾ ਨਾ ਰੱਖਣਾ ਇਹ ਮੇਰਾ ਵਿਸ਼ਾ ਨਹੀਂ ਗਾ ਇਹ ਕਿਸੇ ਦੇ ਰੱਖਣਾ ਰੱਖੇ ਨਹੀਂ ਰੱਖਣਾ ਨਾ ਰੱਖੇ ਮਰਜ਼ੀ ਉਹਦੀ ਪਰ ਗੱਲ ਇਹ ਆ ਵੀ ਪਹਿਲਾਂ ਵੀ ਇੱਕ ਰਾਤ ਭੁੱਖੇ ਰਹਿਣਾ ਜਾਂ ਦਿਨੇ ਭੁੱਖੇ ਰਹਿਣਾ ਤੇ ਭਾਈ ਕਹੇ ਸੀ ਵੀ ਭਾਈ ਚਲੋ ਇਹਦੇ ਨਾਲ ਜਿਹੜੀ ਪਾਚਨ ਕਿਰਿਆ ਹੀ ਠੀਕ ਰਹਿ ਲੂ ਹੁਣ ਇਹਦੇ ਚ ਬਣ ਗਿਆ ਵੀ ਜੂੜਾ ਵੀ ਵਧੀਆ ਬਣਾਉਣਾ ਮੇਕਅਪ ਕਰਨਾ 5-7000 ਵਾਲਾ 10000 ਵਾਲਾ ਸੂਟ ਵੀ ਚਾਹੀਦਾ ਜਿਹੜੇ ਸਰ ਦੇ ਪੁੱਜਦੇ ਉਹ ਤਾਂ ਮੁੰਦੀ ਮੰਦੀ ਜੀ ਵੀ ਲੈਣੀ ਆ ਫਿਰ ਜਿਹੜਾ ਸੁਧਾਰਨ ਬੰਦਾ ਉਹ 70 ਰੁਪਏ ਕਿਲੋ ਵਾਲੇ ਸੇਬ ਲਵਾਂਗਾ ਜਿਹਦੇ ਕੋਲੇ ਪੈਸੇ ਵਾਲੇ ਆ ਉਹ ਜਾ ਕੇ ਮਾਡਲ ਟਾਊਨ ਤੋਂ ਲਵਾਂਗਾ ਉਹਨੇ 250 ਵਾਲੇ ਲੈਣੇ ਆ ਫਿਰ ਕਾਰ ਬਿਹਾਰ ਵਾਲੇ ਤਖੜੇ ਬਣ ਕੇ ਨਾ ਜੀ 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 ਉਹ ਕਹਾਣੀ ਸੁਣਨ ਤੋਂ ਬਾਅਦ ਬੜੇ ਰੁਪਏ ਲੱਗਦੇ ਕਹਿੰਦੇ ਹਾਂ ਖਾਈ ਤਰੀਨ ਮਤਲਬ ਕਈ ਗੱਲਾਂ ਹੈ ਨਾ ਬਸ 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 ਇੱਥੇ ਰੋਕ ਦਿਓ ਨਾ ਸਭ ਖਾਈ ਤਰੀ ਜਾਂਦਾ ਕੀ ਮਤਲਬ ਆ ਜਦੋਂ ਮੌਕਾ ਮਿਲ ਜੇ ਪਰ ਖੈਰ ਗੱਲ ਇਹ ਹੈ ਕਿ ਇਹਨਾਂ ਤਿਉਹਾਰਾਂ ਨੂੰ ਲੈ ਕੇ ਨਾ ਹੁਣ ਇੱਕ ਨਵੇਂ ਜਿਹੇ ਨਿਯਮ ਆ ਉਹ ਵੀ ਤੈਅ ਕਰ ਦਿੱਤੇ ਗਏ ਨੇ ਖਾਸ ਤੌਰ ਤੇ ਦੀਵਾਲੀ ਦੀ ਮੈਂ ਗੱਲ ਕਰਾਂ ਗੁਰਪੁਰਬ ਦੀ ਗੱਲ ਕਰਾਂ ਜਾਂ ਹੋਰ ਜਿਹਨਾਂ ਮੌਕਿਆਂ ਦੇ ਉੱਪਰ ਪਟਾਕੇ ਬਜਾਏ ਜਾਂਦੇ ਨੇ ਚਲਾਏ ਜਾਂਦੇ ਨੇ ਉਸ ਮੌਕੇ ਦੇ ਲਈ ਹੁਣ ਇੱਕ ਸਮਾਂ ਸਾਰਣੀ ਤੈਅ ਹੋ ਗਈ ਹੈ ਕਿ ਕਹਿੰਦੇ ਸਿਰਫ 8 ਵਜੇ ਤੋਂ 10 ਵਜੇ ਤੱਕ ਦੀਵਾਲੀ ਦੇ ਉੱਪਰ ਸਿਰਫ 2 ਘੰਟਿਆਂ ਦੇ ਲਈ ਪਟਾਕੇ ਜਿਹੜੇ ਚਲਾਏ ਜਾਣਗੇ ਕਿਉਂਕਿ 1 ਅਕਤੂਬਰ ਨੂੰ ਜੀ ਔਰ ਗੁਰਪੁਰਬ 8 ਨਵੰਬਰ ਨੂੰ ਆ ਰਿਹਾ ਹੈ ਤੇ ਉਹਦੇ ਲਈ ਸਵੇਰੇ 4 ਤੋਂ 5 ਤੇ ਰਾਤ ਨੂੰ 9 ਤੋਂ 10 ਵਜੇ ਤੱਕ ਇਹ ਪੰਜਾਬ ਸਰਕਾਰ ਨੇ ਆ ਕਰ ਲਿਆ ਉਸ ਮੌਕੇ ਤੇ ਰਾਤੀ 11:55 ਤੋਂ ਸਵੇਰੇ 12:30 ਮਤਲਬ ਜਿਹੜਾ ਤੜਕੇ ਵਾਲਾ ਸਮਾਂ ਹੁੰਦਾ ਹੈ ਕਹਿ ਲਓ ਉਹ ਉਦੋਂ ਤੱਕ 20 ਮਿੰਟ ਚਲਾਏ ਜਾ ਸਕਦੇ ਆ ਜੀ ਤੇ ਨਵੇਂ ਸਾਲ ਮੌਕੇ 31 ਦਸੰਬਰ ਨੂੰ ਰਾਤ 11:55 ਤੋਂ ਸਵੇਰੇ 12:30 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਤੇ ਹੁਣ ਬੇਨਤੀ ਇਹ ਵੀ ਆਪਾਂ ਇਹਦੇ ਤੇ ਅਮਲ ਵੀ ਕਰਨਾ ਹੂੰ ਕਿਉਂਕਿ ਦੇਖੋ ਇਹ ਨਹੀਂ ਹੁੰਦਾਗਾ ਵੀ ਭਾਈ ਆਪਾਂ ਘਰ ਦੇ ਵਿੱਚ ਬੈਠੇ ਆ ਅਚਾਨਕ ਠਾ ਅਚਾਨਕ ਹੋਇਆ ਹੁਣ ਇਹ ਭਗਵੰਤ ਮਾਨ ਨੇ ਥੋੜੀ ਲੱਬੜਾ ਮਿਠਾ ਕੀ ਨਹੀਂ ਕੀਤੀ ਹੈ ਜਾਂ ਐਸੇ ਚੋ ਭੱਜਿਆ ਫਿਰ ਮਿੱਠਾ ਦੀਪਕ ਨੇ ਕੀਤੀ ਆ ਪੁਲ ਕਿਤਨੇ ਕੀਤੀ ਆ ਇਹ ਅੱਜ ਇਦਾਂ ਹੀ ਲੱਗਦੀ ਐ ਟੈਨੇ ਨੇ ਕੀਤੀ ਆ ਬੰਤਸਿਓ ਨੇ ਕੀਤੀ ਆ ਜਾਂ ਪੁਲਕਤ ਆ ਗਿਆ ਇਹਦੇ ਵਿੱਚ ਵੀ ਕੌਣ ਕਰ ਗਿਆ ਇਸ ਕਰਕੇ ਪਾਈ ਆਪਦਿਕਾਂ ਜ਼ਿੰਮੇਵਾਰੀਆਂ ਆਪਣ ਨਭੇ ਇਹ ਪਿਛਲੀ ਵਾਰੀ ਵੀ ਹੋਇਆ ਸੀ ਵੀ ਪਟਾਕੇ ਜਿਹੜੇ 8:00 ਵਜੇ ਤੋਂ ਬਾਅਦ ਚੱਲਣੇ ਨਹੀਂ ਚਾਹੀਦੇ ਸ਼ੂ ਕਰਕੇ ਤਾਨੂੰ ਅੱਛੇ ਭਾਈ ਚੜ੍ਹਦੀ ਬੰਦਾ ਕਹਿੰਦਾ ਪਤਾ ਹੀ ਨਹੀਂ ਕਿਨੇ ਚਲਾਈ ਆ ਪਰ ਕਿਸੇ ਨਾ ਕਿਸੇ ਪਾਸੇ ਚੱਲੀ ਆ ਪਿਛਲੀ ਵਾਰ ਵੀ ਨਿਯਮ ਜਿਹੜੇ ਤੈਅ ਕੀਤੇ ਸੀ ਪਰ ਤਾਂ ਵੀ ਲੋਕ ਤਾਂ ਪਤਾ ਨਹੀਂ ਸਾਨੂੰ ਨਾ ਚਾ ਚੜ ਜਾਂਦਾ ਵੀ ਨਿਯਮ ਐ ਇਹਨੂੰ ਤੋੜਾਂਗੇ ਹੁਣ ਪੁਲਿਸ ਵਾਲਿਆਂ ਨੂੰ ਭੱਜਣਾ ਪਾਵਾਂਗੇ ਆਪਾਂ ਚਾਹੇ ਜਿਵੇਂ ਮਰਜ਼ੀ ਐ ਵੀ ਜਿੰਨੇ ਵੀ ਤੱਕ ਦਾ ਸਮਾਂ ਵੀ 10 ਵਜੇ ਤੱਕ ਦਾ ਸਮਾਂ ਨਾ 10:05 ਤੱਕ ਹੁਣ ਆਪਾਂ ਪਟਾਕੇ ਬੁਝਾਉਣੇ ਆ ਸਾਰਾ ਪਿੰਡ ਹਟ ਗਿਆ ਹੁਣ ਆਪਣੇ ਚਰਨ ਉਹ ਮੈਂ ਤੁਹਾਨੂੰ ਕਰਵਾ ਚੌਥਲੀ ਗੱਲ ਦੱਸਾਂ ਮੈਂ ਨਾ ਤੁਸੀਂ ਫੇਰ ਕਰਵਾ ਚਾਹਤੇ ਆਂ ਕਿ ਖੇਤਰਿਸ਼ ਦੱਸਦਾ ਕੱਲ ਦੀ ਗੱਲ ਦੱਸਦਾ ਵੀ ਕੱਲ ਨਾ ਮੈਂ ਕਿਤੇ ਗਿਆ ਤੇ ਉਹ ਜਿੱਥੇ ਮੈਂ ਗਿਆ ਸੀ ਜਿਹੜੇ ਦਫਤਰ ਦੇ ਵਿੱਚ ਉਹਦੇ ਬਾਹਰਲੇ ਪਾਸੇ ਨਾ ਇੱਕ ਬਿਊਟੀ ਪਾਰਲਰ ਆ ਅੱਛਾ ਜੀ ਬਿਊਟੀ ਪਾਰਲਰ ਬੜਾ ਮਹਿੰਗਾ ਆਹਾਂ ਉੱਥੇ ਵੀ ਕਹਿੰਦੇ ਵੀ ਜੂੜਾ ਬਣਾਉਣ ਦਾ 2500 3000 ਰੁਪਏ ਲੱਗਦਾ ਉਹ ਜੂੜੇ 'ਚ ਸਤਾਰੇ ਸਤੂਰੇ ਜੇ ਵੀ ਲਾਉਂਦੇ ਉੱਥੇ ਬੜਾ ਤਕੜਾ ਉਹ ਤੇ ਉਹ ਜਿਹੜਾ ਪੁਲਕਿਤ ਸੀ ਇੱਕ ਉੱਥੇ ਉਹ ਪੁਲਕਿਤ ਬੀਬੀ ਦਾ ਘਰ ਵਾਲਾ ਸੀਗਾ ਉਹ ਕਰੇ ਇਹ ਪੁਲਕਿਤ ਇਧਰ ਆਨਾ ਇਹ ਇਸਕੋ ਪੇਮੈਂਟ ਕਰ ਦੋ ਮੈਂ ਨੇਲ ਆਰਟ ਵੀ ਕਰਵਾਇਆ ਹੈ ਓਏ ਹੋਏ ਹੋਏ ਮੈਂ ਨੇ ਤੋ ਪੈਡੀਕ्योर ਵੀ ਕਰਵਾਇਆ ਹੈ ਉਹਨੇ 3600 ਚੀਜ਼ ਕਰਵਾ ਲਈ ਤੇ ਪੁਲਕਤ ਦਾ ਮੈਂ ਕਿਹਾ 9-10 ਹਜ਼ਾਰ ਗਿਆ ਹੁਣ ਇਹ ਪੁਲਕਤ ਵੀ ਕੀ ਚਤੇ ਰੱਖੂ ਹੁਣ ਨੋਟਾਂ ਦਾ ਵਟਾਂਗਾ ਐਸੇ ਹੀ ਆਪ ਕੀ ਉਮਰ ਬੜੇਗੀ ਪੁਲਕਤ ਰੇਣਾ ਸਾਹਿਬ ਕੁਵਾਲਾ ਤੁਸੀਂ ਆ ਵੀ ਹਾਜ਼ਰ ਹੈ ਚੰਚਦਾ ਵੀਚਾ ਟੈਣਾ ਸਾਹਿਬ ਗੁਰਦਾਸਪੁਰ ਦੀਆਂ ਸਾਰੀਆਂ ਸੜਕਾਂ ਬਣ ਗਈਆਂ ਅੱਛਾ ਬਿਲਕੁਲ ਮੈਂ ਕਹਿੰਨੀ ਆ ਉੱਥੇ ਬੰਬ ਸੈੱਟ ਲੋ ਇੱਥੇ 1 ਇੰਚ ਦਾ ਟੋਆ ਨਹੀਂਗਾ ਨਾ ਨਾ ਬੰਬ ਸੈੱਟ ਲੋ ਤੁਸੀਂ ਉੱਥੇ ਤੁਸੀਂ ਭਾਵੇਂ ਕਰੇਨਾ ਮੰਗਵਾ ਲਓ ਜੋ ਮਰਜ਼ੀ ਕਰ ਲਓ ਉਸ ਦਾ ਕੰਮ ਬੰਬ ਬੰਬਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਇੱਥੇ ਮੁਹੱਬਤ ਦੇ ਨਾਲ ਰਹਿਣ ਦੀ ਗੱਲ ਕਰੋ ਨਹੀਂ ਨਹੀਂ ਬਲੇ ਇਤਫਾਕ ਦੇ ਨਾਲ ਰਹਿਣਾ ਚਾਹੀਦਾ ਬੰਬ ਸੱਟੋ ਇਹ ਕੋਈ ਮਸਲੇ ਦਾ ਹੱਲ ਹੈ। ਲੈਣਾ ਸਾਹਿਬ ਮੈਂ ਉਦਾਹਰਨ ਹੀ ਗੱਲ ਕੀਤੀ ਹੈ ਇਹ ਥੋੜੀਆ ਵੀ ਹੁਣ ਜਾ ਕੇ ਉਥੇ ਬੰਬ ਸੱਟ ਕੇ ਵੇਖਣਾ ajo ਸੜਕ ਮਜ਼ਬੂਤ ਹੈ ਕਿ ਨਹੀਂ? ਹਾਂ ਉਦਾਹਰਨ ਹੀ ਗੱਲ ਸੀ ਵੀ ਇੰਨੀ ਮਜ਼ਬੂਤ ਸੜਕਾਂ ਇੰਨੀਆਂ ਬਣਨ। ਸੜਕਾਂ ਤਾਂ ਮਜ਼ਬੂਤ ਹੀ ਬਣਨੀਆਂ ਚਾਹੀਦੀਆਂ। ਜੀ ਹੁਣ ਗੁਰਦਾਸਪੁਰ ਦੇ ਜੋ ਸਾਰੇ ਮਸਲੇ ਹੱਲ ਹੋ ਗਏ ਸੜਕਾਂ ਐਨ ਮਤਲਬ ਚਮਕਦੀਆਂ ਦਮਕਦੀਆਂ ਐ। ਤੇ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਵੀ ਜਿਹੜੇ ਪੋਸਟਰ ਲੱਗੇ ਸੀਗੇ ਵੀ ਸਨੀ ਦਿਉ ਲੱਭਦਾ ਨਹੀਂ ਜਿਹੜਾ ਲੱਭ ਕੇ ਲਿਆਊਗਾ ਇਨਾਮ ਦੇਵਾਂਗੇ ਵੀ ਕਿਤੇ ਸਨੀ ਦਿਉ ਕਿ ਇਹਦੇ ਗੁਰਦਾਸਪੁਰ ਦੇ ਪਠਾਨਕੋਟ ਦੇ ਲੋਕਾਂ ਨੇ ਉਹਨਾਂ ਦੇ ਵੱਲੋਂ ਕੀਤੇ ਗਏ ਕੰਮਾਂ ਤੋਂ ਖੁਸ਼ ਹੋ ਕੇ ਇਹ ਸਹੀ ਹੈ ਇਹ ਸਨਮਾਨਿਤ ਕਰਨਾ ਇਹ ਸਹੀ ਹੈ ਤੇ ਉਹ ਗਾਇਬ ਵੀ ਇਸੇ ਲਈ ਹੋਏ ਸੀ ਕੰਮ ਕਰਾਉਣ 'ਚ ਵਿਅਸਤ ਸੀ ਉਹ ਕਹਿੰਦੇ ਵੀ ਆਪਾਂ ਤਾਂ ਗੁਪਤੀ ਰੱਖਣੀ ਸਾਰੀ ਗੱਲ ਮੇਰਾ ਨਾਂ ਨਾ ਕਿਤੇ ਆਵੇ ਜੀ ਤੇ ਹੁਣ ਉਹ ਕਹਿੰਦੇ ਵੀ ਇੱਧਰਲੇ ਕੰਮ ਨਿਭੜ ਕੇ ਸਾਰੇ ਮਸਲੇ ਹੱਲ ਹੋ ਗਏ ਹੁਣ ਉਹ ਮਨਾਲੀ ਦੇ ਵਿੱਚ ਆਪਣੀ ਸੜਕ ਬਣਾਉਣ ਲੱਗੇ ਹਾਂ ਬਿਲਕੁਲ ਜੀ ਮੈਂ ਵੀ ਇਹ ਖਬਰ ਪੜੀ ਆ ਇਹ ਖਬਰ ਨੂੰ ਪੜ ਕੇ ਗੁਰਦਾਸਪੁਰ ਤੇ ਪਠਾਨਕੋਟ ਦੇ ਲੋਕਾਂ ਨੂੰ ਰਸ਼ਕ ਹੋਊਗਾ ਕਿ ਤੁਹਾਡੇ ਚੁਣੇ ਹੋਏ ਨੁਮਾਇंदे ਹਲਕੇ ਦੇ ਵਿੱਚ ಅಪਾਰ ਕਾਮਯਾਬੀਆਂ ਤੋਂ ਬਾਅਦ ਆਲੇ-ਦੁਆਲੇ ਦੇ ਸੂਬਿਆਂ ਦੇ ਵਿੱਚ ਜਾ ਕੇ ਵੀ ਕਿਵੇਂ ਵਿਕਾਸ ਦੇ ਕੰਮਾਂ ਨੂੰ ਤਬੜਾ ਚਾੜਦੇ ਆ ਮੇਰੀ ਠਾਈ ਪਈ ਹੈ ਕਿ ਕਹਿੰਦੇ ਵੀ ਜਿਹੜੇ ਥਾਂ ਦੇ ਉੱਤੇ ਮਨਾਲੀ ਦੇ ਵਿੱਚ ਉਹ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਆ ਇੱਥੇ ਆਉਣ ਜਾਣ ਲੱਗਾਈ ਰਹਿੰਦੇ ਨਾ ਕਹਿੰਦੇ ਵੀ ਜਿੱਥੇ ਰਹਿੰਦੇ ਆ ਨਾ ਉੱਥੇ ਸੜਕ ਟੁੱਟੀ ਹੋਈ ਆ ਉੱਥੇ ਸਹੂਲਤਾਂ ਦੀ ਘਾਟ ਆ ਓਹੋ ਫਿਰ ਇਹਨਾਂ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਸੰਪਰਕ ਤੇ ਪ੍ਰਸ਼ਾਸਨ ਦੀ ਇੱਕ ਅਧਿਕਾਰੀ ਆਈ ਸਨੀ ਦੇ올 ਦੇ ਘਰ ਦੇ ਵਿੱਚ ਸੜਕ ਕਹਿੰਦੇ ਬਣਨੀ ਸ਼ੁਰੂ ਹੋ ਗਈ ਆ ਉਹ ਨਾਲ ਫੋਟੋ ਵੀ ਖਿਚਵਾ ਕੇ ਲਿਖੇ ਗਏ ਬੀਬੀ ਜੀ ਤੇ ਫੇਰ ਦੇਖੋ ਲੋਕਾਂ ਨੇ ਫੋਟੋਆਂ ਖਚਾਈਆਂ ਸੀ ਵੋਟਾਂ ਪਾਈਆਂ ਸੀ ਤੇ ਉਹਨਾਂ ਦੇ ਕੰਮ ਹੋ ਗਏ ਹੁਣ ਬੀਬੀ ਜੀ ਨੇ ਇੱਥੇ ਆ ਕੇ ਫੋਟੋ ਖਚਾਈ ਆ ਤੇ ਹੁਣ ਸਨੀ ਦੇ올 ਜੀ ਦਾ ਵੀ ਕੰਮ ਹੋ ਗਿਆ ਹੁਣ ਬੇਨਤੀ ਸਿਰਫ ਇੱਕੋ ਹੀ ਆ ਵੀ ਦੇਖੋ ਤੁਸੀਂ ਜਿੱਥੇ ਰਹਿੰਦੇ ਆ ਉੱਥੇ ਤੁਹਾਨੂੰ ਸਹੂਲਤਾਂ ਨਹੀਂ ਘਾਟ ਰੜਕਦੀਆਂ ਤੁਸੀਂ ਮਨਾਰੀ ਦੇ ਵਿੱਚ ਜਾਂਦੇ ਆ ਚੰਗੇ ਮੌਸਮ ਦੇ ਕਰਕੇ ਜੀ ਵਾਤਾਵਰਣ ਚੰਗਾ ਉੱਥੇ ਇਸ ਕਰਕੇ ਤੁਹਾਨੂੰ ਚਾ ਤੁਹਾਨੂੰ ਵੀ ਮੈਂ ਉੱਥੇ ਰਵਾਂ ਨੂੰ ਸੋਹਣਾ ਲੱਗਦਾ ਐਵੇਂ ਹੀ ਹਰ ਬੰਦੇ ਨੂੰ ਆਪਦਾ ਪਿੰਡ ਆਪਦਾ ਨਗਰ ਆਪਦਾ ਘਰ ਆਪਣਾ ਗਲੀ ਗੁਆਣ ਸੋਹਣਾ ਲੱਗਦਾ ਉਹ ਬੰਦੇ ਉੱਥੇ ਇਸ ਕਰਕੇ ਰਹਿੰਦੇ ਆ ਉਹਨਾਂ ਨੇ ਇਸੇ ਕਰਕੇ ਆਪ ਜੀ ਨੂੰ ਵੋਟਾਂ ਪਾਈਆਂ ਵੀ ਸੋਹਣੇ ਨੂੰ ਹੋਰ ਸੋਹਣਾ ਬਣਾਓ ਪਰ ਆਪ ਜੀ ਤਾਂ ਉਹਦੇ ਹੀ ਨਹੀਂ ਜਿੱਥੇ ਆਪ ਜੀ ਨੂੰ ਟੂਆ ਦੱਸਦਾ ਉਹ ਤੱਕ ਕੇ ਨਵੀਂ ਭਾਈ ਕਾਤੀਆਂ ਹੀ ਕਰਦਾ ਹੁੰਦਾ ਤੇ ਮੈਂ ਕਾਤੀਆਂ ਛੱਡਦਾ ਨਹੀਂ ਹੁੰਦਾ ਉਸ ਤਾਂ ਨਲਕਾ ਬਟਨ ਤੁਰ ਪਏ ਆ ਤੇ ਭਾਈ ਇਧਰ ਵੀ ਮਾੜਾ ਮੋਟਾ ਖਿਆਲ ਕਰੋ ਹੂੰ ਇਧਰ ਲੋਕਾਂ ਦਾ ਕੀ ਕਸੂਰ ਆ ਹੁਣ ਪਠਾਨਕੋਟ ਚ ਮਨਾਲੀ ਬਣਾ ਲਈਏ ਫੇਰ ਗੁਰਦਾਸਪੁਰ ਚ ਮਨਾਲੀ ਲੈ ਗਏ ਜਾਂ ਮਨਾਲੀ ਚ ਗੁਰਦਾਸਪੁਰ ਬਣਾ ਦਈਏ ਜੀ ਬਿਲਕੁਲ ਇਹ ਸੋਚਣਾ ਪਾਏਗਾ ਪਰ ਗੱਲ ਇਹ ਹੈ ਟਾਣਾ ਸਾਹਿਬ ਇਹ ਇਕੱਲੇ ਕਿਸੇ ਕੈਂਪੀ ਦੀ ਗੱਲ ਨਹੀਂ ਇੱਕ ਕਿਸੇ ਐਮਐਲਏ ਦੀ ਗੱਲ ਨਹੀਂ ਇੱਕ ਕਿਸੇ ਮੰਤਰੀ ਸੰਤਰੀ ਦੀ ਗੱਲ ਨਹੀਂ ਇਹ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਵੀਆਈਪੀ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਜਦੋਂ ਵੀ ਕਿਸੇ ਵੱਡੇ ਬੰਦੇ ਨੂੰ ਕੋਈ ਵੀ ਸਮੱਸਿਆ ਆਉਂਦੀ ਮਿੰਟਾਂ 'ਚ ਹੱਲ ਹੋ ਜਾਂਦਾ ਉਹਦਾ ਤੇ ਜਦੋਂ ਕਿਸੇ ਆਮ ਬੰਦੇ ਨੂੰ ਕੋਈ ਸਮੱਸਿਆ ਆਉਂਦੀ ਉਹ ਕਹਿੰਦਾ ਤੂੰ ਕੌਣ ਹੂੰ ਤੁਹਾਡਾ ਕੰਮ ਹੈ ਤੁਸੀਂ ਸਮੱਸਿਆਵਾਂ ਵਾਲੀ ਘੇਰਾ ਰਹਿਣਾ ਤੇ ਇਹਨਾਂ ਨੂੰ ਹੁਣ ਸਹਿਣਾ ਸਿੱਖ ਲਓ ਤੇ ਮੈਨੂੰ ਤਾਂ ਇਉਂ ਲੱਗਦਾ ਵੀ ਕੱਲ ਨੂੰ ਸਣੀ ਦਿਵਾਲੀ ਨਾ ਕਹਿ ਦੇਵੇ ਵੀ ਦੇਖੋ ਪੂਰਾ ਭਾਰਤ ਇੱਕ ਘਰ ਆ ਇੱਕ ਪਰਿਵਾਰ ਆ ਹੂੰ ਤੇ ਮੈਂ ਪਰਿਵਾਰ ਦੇ ਇਧਰਲੇ ਜੀਆਂ ਦਾ ਕੰਮ ਹੱਲ ਕਰਤਾ ਤੁਹਾਡਾ ਹੋ ਨਹੀਂ ਹੋਇਆ ਮੈਂ ਕੀ ਕਰਾਂ ਤੇ ਇਧਰਲੇ ਜੀ ਵੀ ਉਧਰ ਲੈ ਜਾਓ ਫੇ ਪਰਿਵਾਰਕ ਦੀ ਤਾਂ ਹੁੰਦੇ ਜਾਂਦੇ ਰਹਿੰਦੇ ਉੱਤਰ ਤਾਂ ਉਹਨੇ ਕੋਈ ਨਾ ਕੋਈ ਦੇਣਾ ਹੀ ਆ ਇਹ ਤਾਂ ਗੱਲ ਪੱਕੀ ਆ ਵੀ ਉਹਨੇ ਹੁਣ ਗੁਰਦਾਸਪੁਰ ਤੋਂ ਚੋਣ ਲੜਨੀ ਨਹੀਂ ਜੀ ਤੇ ਇਹ ਗੱਲ ਵੀ ਪੱਕੀ ਆ ਵੀ ਭਾਈ ਉਹ ਕਿਸੇ ਹੋਰ ਸੂਬੇ ਤੋਂ ਲੜੂਗਾ ਜਾਂ ਨਾ ਲੜੂਗਾ ਹਮ ਤੇ ਹੁਣ ਅਗਲਾ ਸੋਚੂਗਾ ਵੀ ਭਾਈ ਮੈਂ ਕਿੱਥੇ ਟੋਆ ਭਰਨਾ ਕਿੱਥੇ ਨਹੀਂ ਬਿਲਕੁਲ ਸਹੀ ਜਿਹਨੇ ਆਉਣਾ ਹਾਂ ਜਾਂ ਜਿਹਨੇ ਯੋਜਨਾ ਅੰਦਰ ਖਾਤੇ ਬਣਾਈ ਹੋਣੀ ਆ ਉਹ ਹੁਣ ਕਹੂਗਾ ਵੀ ਕਾਤੀਏ ਹੁਣ ਆਪਾਂ ਮਾਰ ਦੇਣ ਜਿਹੜੇ 2-4 ਬਚਦੇ ਆ ਤਾਂ ਹਾਂਜੀ ਅਸ਼ਰਫਾ ਲਈ ਸਿੱਧਾ ਹੀ ਕਰਨਾ ਵੜਾ ਜਾ 2.5 ਕਿਲੋ ਦਾ ਹਾਥੀ ਵਰਤਣਾ ਹੈ ਹਾਂ ਕਹਿੰਦਾ ਭਾਵ ਇਹ ਆ ਵੀ ਆਪ ਜੀ ਨੂੰ ਜਿਹੜੀਆਂ ਮੁਸ਼ਕਲਾਂ ਦਿਸਦੀਆਂ ਉਹ ਉਹਨਾਂ ਲੋਕਾਂ ਨੂੰ ਵੀ ਦਿਸਦੀਆਂ ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ ਹੂੰ ਤੇ ਮੇਰੀ ਸਿਰਫ ਲੋਕਾਂ ਨੂੰ ਬੇਨਤੀ ਇਹ ਆ ਵੀ ਤੁਸੀਂ ਪਰਖ ਕੇ ਵੋਟ ਪਾਇਆ ਕਰੋ ਜੀ ਜੇ ਤਾਂ ਤੁਸੀਂ ਫਿਲਮਾਂ ਦੇਖ ਕੇ ਵੋਟਾਂ ਪਾਈਆਂ ਤੇ ਫਿਰ ਉਹ ਬੰਦਾ ਅਗਲਾ ਆਪਦੀਆਂ ਫਿਲਮਾਂ ਬਣਾ ਰਿਹਾ ਤੁਸੀਂ ਹੁਣ ਫੇਰ ਦੇਖੋ ਹਾਂ ਫੇਰ ਤੁਸੀਂ ਦੁੱਖ ਨਾ ਕਰੋ ਜੇ ਤੁਸੀਂ ਕੰਮ ਦੇਖ ਕੇ ਪਾਈਆਂ ਤੇ ਫੇਰ ਭਾਈ ਕੰਮ ਦੀ ਆਸ ਕਰੋ ਹੁਣ ਤੁਸੀਂ ਸਾਨੂੰ ਕਹਿ ਦਿੰਨੇ ਵੀ ਭਾਈ ਤੁਹਾਡਾ ਫਰਜ਼ ਬਣਦਾ ਖਬਰ ਲਾਉਣਾ ਤੇ ਆਪ ਜੀ ਦਾ ਫਰਜ਼ ਨਹੀਂ ਸੀ ਬਣਦਾ ਸੋਚ ਕੇ ਵੋਟ ਪਾਣਾ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਚੰਚ ਦਾ ਵੀ ਚਾਹ ਹਰਮਨ ਜੀ ਕੱਲ ਮੈਨੂੰ ਤਾਂ ਪੰਜ ਸੱਤ ਬੰਦਿਆਂ ਨੇ ਕਈ ਤਰੀਕਿਆਂ ਨਾਲ ਸਨਮਾਨਤ ਕੀਤਾ ਕਿਵੇਂ ਜਦੋਂ ਆਪਾਂ ਪ੍ਰਾਲੀ ਵਾਲੀ ਖਬਰ ਨਹੀਂ ਕੀਤੀ ਵੀ ਧੂਆਂ ਰੋਲ ਹੋ ਗਿਆ ਵਾਤਾਵਰਨ ਜ਼ਹਿਰਾ ਨਾ ਘੋਲੋ ਧਰਤੀ ਦੀ ਹੱਕ ਨਾ ਸਾੜੋ ਉਦੋਂ ਅਸੀਂ ਇਹ ਵੀ ਗੱਲ ਕਹੀ ਸੀ ਵੀ ਭਾਈ ਇਹ ਫੈਕਟਰੀਆਂ ਵਾਲੇ ਵੀ ਗਲਤ ਆ ਹੂੰ ਇਹ ਕਿਸਾਨ ਵੀ ਗਲਤ ਆ ਜੀ ਇਹ ਮੈਂ ਵੀ ਗਲਤ ਆ ਜੇਕਰ ਮੈਂ ਅਗ ਲਾਉਂਦਾ ਹੋਵਾਂ ਤੇ ਫਿਰ ਮੈਨੂੰ ਦੋਵਾਂ ਤਰ੍ਹਾਂ ਨੇ ਕਹਤਾ ਕਹਿੰਦੇ ਲੈ ਤੁਹਾਨੂੰ ਪਰਾਲੀ ਦਿਸਦੀ ਆ ਹੋਰ ਤਾਂ ਕੁਝ ਦਿਸਦਾ ਨਹੀਂ ਦੋ ਤਿੰਨ ਪਟਾਕਿਆਂ ਵਾਲੇ ਵੀ ਬਚਾ ਗਏ ਕਹਿੰਦੇ ਹੁਣ ਤੁਹਾਨੂੰ ਪਟਾਕੇ ਦਿਸਦੇ ਆ ਕਿਸਾਨ ਦਿਸਦੇ ਨਹੀਂ ਇੱਕ ਤੇਰੀ ਮੇਰੇ ਖਲ ਕੋਈ ਧੂਏ ਧਾਲੀ ਫੈਕਟਰੀ ਹੋਣੀ ਆ ਉਹ ਕਹਦਾ ਲੈ ਤੁਹਾਨੂੰ ਕਿਸਾਨ ਨਹੀਂ ਦਿਸਦੇ ਤੁਹਾਨੂੰ ਸਾਡੀ ਫੈਕਟਰੀ ਦਿਸਦੀ ਆ ਮੈਂ ਕਿਹਾ ਮੈਂ ਪਹਿਲਾਂ ਆਹੀ ਗੱਲ ਕਹੀ ਸੀ ਤੁਹਾਨੂੰ ਜਿੱਥੋਂ ਜੋ ਸੂਤ ਲੱਗਦਾ ਉੱਥੋਂ ਜੋ ਸੁਣ ਲਈ ਮੈਂ ਇਸ ਕਰਾਂ ਹਾਂ ਨਹੀਂ ਬਹੁਤੀ ਵਾਰ ਇਹ ਹੁੰਦਾ ਟੜਾ ਜਿੱਥੋਂ ਕਿ ਜੇ ਸੂਤ ਲੱਗਦੀ ਉੱਥੋਂ ਕੇ ਗੱਲ ਓਨੀ ਜਿਨਨਾਂ ਕਾਪ ਦੇ ਨਾਲ ਗੱਲ ਜੁੜਦੀ ਉਹਨਾਂ ਨੂੰ ਸੁਣ ਲੋ ਤੇ ਬਾਕੀ ਨੂੰ ਕਹਿੰਦੇ ਚਲੋ ਕੋਈ ਗੱਲ ਨਹੀਂ ਤਾਂ ਉਹਦੇ ਬਾਰੇ ਸਾਨੂੰ ਕਦੋਂ ਸਮਝ ਆਊਗੀ ਟਾਣਾ ਸਾਹਿਬ ਵੀ ਵਾਤਾਵਰਨ ਦਾ ਨਾਠੇਕਾ ਕੱਲਾ ਅਸੀਂ ਲਿਆ ਹੋਇਆ ਨਾਹੀਂ ਵਾਤਾਵਰਨ ਪ੍ਰੇਮੀ ਜਿਹੜੇ ਉਹਨਾਂ ਨੇ ਲਿਆ ਹੋਇਆ ਨਾਹੀਂ ਸਾਰੇ ਪਰਿਵਾਰਕ ਜੀਆ ਨੇ ਲਿਆ ਹੋਇਆ ਕਿਸੇ ਨੇ ਕੱਲੇ ਨੇ ਵਾਤਾਵਰਨ ਬਚਾਉਣ ਦਾ ਠੇਕਾ ਨਹੀਂ ਲਿਆ ਪਰ ਇਹ ਸਾਡੀ ਜ਼ਿੰਮੇਵਾਰੀ ਹੈ ਟਾਣਾ ਸਾਹਿਬ ਅਸੀਂ ਸਾਹ ਲੈਣਾ ਬਈ ਤੁਸੀਂ ਧੂਏ ਦੇ ਵਿੱਚ ਸਾਹ ਲੈ ਕੇ ਦਿਖਾ ਦਿਓ ਤੁਸੀਂ ਐ ਕਰੋ ਜਿਹੜੀ ਫੈਕਟਰੀ ਚੋਂ ਤੁਹਾ ਨਿਕਲਦਾ ਫੈਕਟਰੀ ਵਾਲੇ ਉਹਦੇ ਉੱਥੇ ਖੜੇ ਹੋ ਜਾਣ ਤੇ ਉਹ ਸਾਰ ਲੈ ਕੇ ਦਿਖਾ ਦੇਣ ਜਿਹੜੇ ਅੱਗ ਲਾਉਂਦੇ ਨੇ ਉਹ ਅੱਗ ਦੇ ਕੋਲ ਖੜੇ ਹੋ ਕੇ ਸਾਰ ਲੈ ਕੇ ਦਿਖਾ ਦੇਣ ਜਿਹੜੇ ਵੀ ਜਿੱਥੇ-ਇਥੇ ਗਲਤ ਨੇ ਜਿਹੜੇ ਕਾਣ ਕਰਦੇ ਨੇ ਕੁਦਰਤ ਦਾ ਉੱਥੋਂ ਤੇ ਖੜੇ ਹੋ ਕੇ ਤੇ ਉਸ ਕੁਦਰਤ ਨੂੰ ਮਾਨ ਕੇ ਦਿਖਾ ਦੇਣ ਤੇ ਗੱਲ ਖਤਰੀ ਵਾਲੇ ਨੂੰ ਤਾਂ ਮੈਂ ਸਿੱਧਾ ਹੋ ਗਿਆ ਮੈਂ ਕਿਹਾ ਤੈਨੂੰ ਕਾਹਦੀ ਚੰਡੀ ਚੜੀ ਆ ਕਿਹੜੀਆਂ ਤੈਨੂੰ ਵੱਖਰੀਆਂ ਖੁਸ਼ੀਆਂ ਮਿਲੀਆਂ ਜਾਂ ਤੈਨੂੰ ਚੰਡੀ ਦੀ ਕਿਹੜੀ ਗੱਲ ਹੁੰਦੀ ਆ ਪਟਾਕਾ ਜਿਹੜਾ ਤੂੰ ਚਲਾਉਣਾ ਇਹ ਜਿਹੜਾ ਪਟਾਕਾ ਇਹ ਕਿਹੜੀ ਖੁਸ਼ੀ ਦਾ ਪ੍ਰਤੀਕ ਆ ਤੇਰੇ ਅੰਦਰਲਾ ਗੋਬਕਲਾਟ ਵੀ ਮੈਂ ਠਾ ਵੀ ਕਰ ਦਿੰਦਾ ਹੁਨਾ ਆ ਮੈਂ ਤੁਹਾਨੂੰ ਪਟਾਕੇ ਤੋਂ ਗੱਲ ਦੱਸ ਦਿੰਨੀ ਆ ਚਾਣਾ ਸਾਹਿਬ ਪਤਾ ਨਹੀਂ ਇਹੋ ਜੇ ਲੋਕਾਂ ਨੂੰ ਕੀ ਕਹਿ ਕੇ ਸਨਮਾਨਤ ਕਰਨਾ ਚਾਹੀਦਾ ਹੈ ਉਹ ਕਹਿੰਦੇ ਨਾ ਜਿਹੀ ਕੋਕੋ ਤੇ ਇਹ ਬੱਚੇ ਗੱਲ ਇਹ ਵੀ ਕੱਲ ਮੈਂ ਆਪਣੇ ਐਕਟਿਵ ਤੇ ਜਾ ਰਹੀ ਤੇ ਮੇਰੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਹੈ ਨਾ ਪਹਿਲਾਂ ਤਾਂ ਭਾਈ ਸਾਹਿਬ ਨੇ ਪਿੱਛੇ ਇੱਕ ਨਿੱਕਾ ਜਿਹਾ ਜਵਾਕ ਬਿਠਾਇਆ ਨਾ ਆਪ ਹੈਲਮਟ ਲਿਆ ਹੋਇਆ ਨਾ ਬੱਚੇ ਦਾ ਕੋਈ ਖਿਆਲ ਆ ਵੀ ਉਹ ਕਿਵੇਂ ਪਿੱਛੇ ਬੈਠਾ ਕਿਵੇਂ ਨਹੀਂ ਉਹਦੇ ਹੱਥ ਚੋਂ ਪਟਾਕੇ ਫੜੇ ਹੋਏ ਸੀ ਜਿਹੜੇ ਥੱਲੇ ਮਾਰ ਕੇ ਨਹੀਂ ਆ ਗੰਡਾ ਪਟਾਕਾ ਹਾਂਜੀ ਮੈਨੂੰ ਨਹੀਂ ਪ ਹਾਂ ਜਿੱਥੇ ਦਿਲ ਕਰੇ ਉੱਥੇ ਹੀ ਸੜਕ ਚੱਲਦੀ ਪਈ ਆ ਪੂਰੀ ਉੱਤੇ ਸੜਦਾ ਜਾਵੇ ਕਦੀ ਕਿਸੇ ਚ ਵਜੇ ਕਦੀ ਕਿਸੇ ਚ ਨਾ ਹਾਰ ਕਿਉਂ ਉਹਨੂੰ ਜਿੱਥੇ ਉਹਨੇ ਮੋਟਰਸਾਈਕਲ ਰੋਖਿਆ ਉੱਥੇ ਦੋ ਚਾਰ ਕੁੱਤੇ ਬੈਠੇ ਹੋਏ ਨਜ਼ਰ ਆ ਗਏ ਜਿਹੜੇ ਸ਼ਾਂਤੀ ਨਾਲ ਬੈਠੇ ਹੋਏ ਸੀ ਉਹਨਾਂ ਦੇ ਪੈਰਾਂ 'ਚ ਜਾ ਜਾ ਕੇ ਤੇ ਉਹ ਕੁੱਤੇ ਵਿਚਾਰੇ ਉੱਠ ਕੇ ਉੱਥੋਂ ਤੁਰ ਪਏ ਤੇ ਭਾਈ ਸਾਹਿਬ ਦੰਦੀਆਂ ਕੱਢਣ ਲੱਗ ਗਏ ਮੋਰ ਹੂੰ ਵੀ ਕਿੱਡੀ ਕੁ ਮਹਾਨਤ ਵਾਲਾ ਕੰਮ ਸੀ ਇਹ ਨਿਆਣੇ ਨੂੰ ਅਕਲ ਨਾ ਦਿਓ ਵੀ ਤੁਰਿਆ ਜਾਂਦਾ ਤੂੰ ਪਟਾਕੇ ਵਜਾਈ ਜਾਂਦਾ ਕਿਸੇ ਦੇ ਵੱਜ ਜਵੇ ਕਿ ਕੋਈ ਹੋਰ ਤੁਹਾਡਾ ਮੋਟਰਸਾਈਕਲ ਡੋਲ ਜਵੇ ਤੁਸੀਂ ਡਿੱਗ ਜਾਓ ਕੋਈ ਹੋਰ ਛੱਟ ਫ ਜਿਹੜੇ ਨਾ ਨਿਆਣੇ ਨੂੰ ਠਾਹੇ ਕਹਿੰਦੇ ਹੁੰਦੇ ਆ ਮੇਰਾ ਗੁੱਗੂ ਚਾਹ ਪੀਊਗਾ ਚਾਚੇ ਨੂੰ ਗਾਲ ਕੱਢ ਚਾਚੇ ਨੂੰ ਭੈਣ ਦੀ ਗਾਲ ਕੱਢ ਕੇ ਦਿਖਾ ਮਾਸੀ ਨੂੰ ਮਾੜਾ ਕਰਕੇ ਦਿਖਾ ਠੀਕ ਆ ਕ ਜੱਗੇ ਨੂੰ ਆ ਗੱਲ ਕਰਕੇ ਦਿਖਾ ਜਦੋਂ ਉਹ ਗਾਲਾਂ ਸਿੱਖ ਜਾਂਦਾ ਫਿਰ ਕਹਣਗੇ ਇਹਨੂੰ ਬੇਦਖਲ ਕਰਨਾ ਪੈਣਾ ਬੱਚਾ ਸਹੀੜੀ ਨਿਕਲਿਆ ਨਹੀਂ ਨਹੀਂ ਫਿਰ ਪਤਾ ਕੀ ਕਹਿਣਗੇ ਮੈਂ ਭਰਾਵਾ ਕੱਲ ਸਵੇਰੇ ਗਾਲ ਕੱਢ ਰਿਹਾ ਸੀ ਨੇ ਕਿ ਤਾ ਸੁਣ ਲਈ ਅੱਜ ਮੈਨੂੰ ਮੋਰੇ ਕੱਢਦੀ ਹਾਂ ਤੇ ਪਹਿਲਾਂ ਤੂੰ ਹੀ ਕਿਉਂ ਕੱਢੀ? ਥਪੜੇ ਦੇ ਹੱਕਦਾਰ ਤਾਂ ਪਾਪ। ਤੇ ਉਹ ਵੀ ਹੱਸ ਕੇ ਗੱਲ ਦੱਸ ਰਹੇ ਹੈ ਨਾ। ਸੋ ਗੱਲ ਇਹ ਹੈ ਵੀ ਨਿਆਣੇ ਦੀ ਕੱਲੇੜੀ ਕਰਦੇ ਨੇ। ਜਿਹੜੀ ਗੱਲ ਤੇ ਸਾਨੂੰ ਸ਼ਰਮ ਮਨਣੀ ਚਾਹੀਦੀ ਹੈ ਨਾ ਉਹ ਤੇ ਅਸੀਂ ਅਸਲ ਲੱਗ ਜਾਂਦੇ ਆ। ਕਰੋਲਾ ਇਹ ਆ। ਆਪ ਹੀ ਦੱਸ ਕੇ ਆਪ ਹੀ ਹਸਲਾਇਆ। ਹਾਂ ਮੇਰੀ ਬੇਇੱਜ਼ਤੀ ਆਈ ਹੋਈ ਆ। ਮੈਨੂੰ ਗਾਲ ਕੱਢੀ ਮੇਰੇ ਮੁੰਡੇ ਨੇ। ਚਲੋ ਖੈਰ। ਕੀ ਬਣੂਗਾ ਡਾਣਾ ਸਾਹਿਬ? ਕੁਛ ਨਹੀਂ ਬਣਨਾ ਕਰ। ਗੱਲ ਪਰ ਇਹ ਆ ਵੀ ਭਾਈ ਅੱਗ ਨਾ ਲਾਓ। ਹੂੰ। ਅੱਗ ਨਾ ਲਾਓ ਤੇ ਅੱਜ ਮੈਨੂੰ ਦੋ ਤਿੰਨ ਜਾਣੇ ਫੇਰ ਕੁਛ ਨਾ ਕੁਛ ਕਹੋ। ਪਰ ਮੇਰੀ ਬੇਨਤੀ ਇਹ ਆ। ਭੀ ਭਾਵੇਂ ਪਰਾਲੀ ਨੂੰ ਅੱਗ ਲਾਉਨੇ ਆ ਉਥੇ ਕਿਸਾਨ ਨੂੰ ਵੀ ਰੁਕਣਾ ਚਾਹੀਦਾ ਜਿਹੜੇ ਫੈਕਟਰੀਆਂ ਚੋਂ ਧੂਆ ਨਿਕਲਦਾ ਉਹ ਵੀ ਰੁਕਣਾ ਚਾਹੀਦਾ ਜਿਹੜੇ ਘਰਾਂ ਦੇ ਵਿੱਚ ਬੇਰੋੜਾ ਪ੍ਰਦੂਸ਼ਣ ਕਰਦੇ ਆ ਉਹ ਵੀ ਰੁਕਣਾ ਚਾਹੀਦਾ ਤੇ ਜਿਹਨਾਂ ਨੂੰ ਚੰਡੀ ਵਾਲੀ ਚੜੀ ਆ ਪਟਾਕਿਆਂ ਕਰਕੇ ਤੇ ਉਹਨਾਂ ਨੂੰ ਵੀ ਰੁਕਣਾ ਚਾਹੀਦਾ ਕੱਲੇ ਧੂਏ ਦੀ ਗੱਲ ਨਹੀਂ ਜਿਹੜਾ ਵੀ ਬੰਦਾ ਭਾਵੇਂ ਘੱਟ ਤੋਂ ਘੱਟ ਤੇ ਭਾਵੇਂ ਵੱਧ ਤੋਂ ਵੱਧ ਭਾਵੇਂ ਥੋੜੇ ਤੋਂ ਥੋੜਾ ਭਾਵੇਂ ਜ਼ਿਆਦਾ ਤੋਂ ਜ਼ਿਆਦਾ ਵਾਤਾਵਰਨ ਦਾ ਘਾਣ ਕਰ ਰਿਹਾ ਇਹਨੂੰ ਪਲੀਤ ਕਰ ਰਿਹਾ ਇਹਨੂੰ ਗੰਦਾ ਕਰ ਰਿਹਾ ਉਹ ਹਰ ਇੱਕ ਬੰਦੇ ਨੂੰ ਸੋਚਣਾ ਚਾਹੀਦਾ ਚਾਹੇ ਉਹ ਕਿਸੇ ਵੀ ਢੰਗ ਨਾਲ ਪਲੀਤ ਕਰ ਰਿਹਾ ਹੋਵੇ ਚਾਹੇ ਤੁਸੀਂ ਸੜਕਾਂ ਦੇ ਉੱਪਰ ਕੂੜਾ ਸਿੱਟ ਕੇ ਪਲੀਤ ਕਰ ਰਹੇ ਹੋ ਚਾਹੇ ਤੁਸੀਂ ਧੂਏ ਦੇ ਨਾਲ ਪਲੀਤ ਕਰ ਰਹੇ ਹੋ ਚਾਹੇ ਤੁਸੀਂ ਪਾਣੀ ਦੇ ਜਿਹੜੇ ਸਾਫ਼ ਸੋਮੇ ਉਹਦੇ 'ਚ ਗੰਦ ਪਾ ਪਾ ਕੇ ਉਹਨੂੰ ਪਲੀਤ ਕਰ ਰਹੇ ਹੋ ਚਾਹੇ ਤੁਸੀਂ ਉੱਚੀ ਆਵਾਜ਼ ਵਜਾ ਵਜਾ ਕੇ ਉਹਨੂੰ ਪਲੀਤ ਕਰ ਰਹੇ ਹੋ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਕੁਦਰਤ ਦਾ ਘਾਣ ਕਰ ਰਹੇ ਹੋ ਉਹਨੂੰ ਪਲੀਤ ਕਰ ਰਹੇ ਹੋ ਤੁਸੀਂ ਜ਼ਿੰਮੇਵਾਰ ਹੋ ਚਾਹੇ ਉਹ ਕੋਈ ਵੀ ਹੈ ਤੇ ਇੱਕ ਖਬਰ ਗੁਰਦਾਸਪੁਰ ਤੋਂ ਆਈ ਹੈ ਗੁਰਦਾਸਪੁਰ ਦੇ ਵਿੱਚ ਕੁਝ ਕਿਸਾਨ ਆਗੂ ਆ ਜਿਹੜੇ ਉਹ ਉੱਥੋਂ ਦੇ ਡੀਸੀ ਸਾਹਿਬ ਦੇ ਕੋਲੇ ਪਹੁੰਚ ਗ ਉਹ ਕਹਿੰਦੇ ਵੀ ਦੇਖੋ ਫਲਾਣੇ ਫਲਾਣੇ ਕਿਸਾਨ ਆ ਜਿਨ੍ਹਾਂ ਦੇ ਮਾਲ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਲਾਲ ਐਂਟਰੀ ਕਰ ਦਿੱਤੀ ਗਈ ਆ ਸਰਕਾਰ ਕਹਿੰਦੀ ਸੀ ਅਸੀਂ 2500 ਰੁਪਏ ਦੇਵਾਂਗੇ ਕਿੱਲੇ ਪਿੱਛੇ ਬਰਾੜੀ ਨੂੰ ਸਾਹਮਣ ਦਾ ਅੱਛਾ ਜੀ ਨਾ ਉਹ ਮਿਲਦਾ ਤਾਂ ਤੁਸੀਂ ਲਾਲ ਐਂਟਰੀ ਕਰਤੀ ਐ ਤੇ ਡੀਸੀ ਸਾਹਿਬ ਨੇ ਕੋਈ ਗੱਲ ਕਹੀ ਵੀ ਭਾਈ ਸਾਡੀ ਮਜਬੂਰੀ ਆ ਹੂੰ ਭਾਵੇਂ ਤੁਸੀਂ ਮੈਨੂੰ ਕੁੱਟ ਲੋ ਤੇ ਭਾਵੇਂ ਕੁੱਟ ਲੋ ਪਟਵਾਰੀ ਨੂੰ ਪਰ ਇਹ ਤਾਂ ਕੁਝ ਹੋਣਾ ਹੀ ਆ ਉਹ ਕਹੇ ਸਾਨੂੰ ਪਿੱਛੋਂ ਹਦਾਇਤਾਂ ਆਈਆਂ ਹੋਰ ਸੀੜੇ ਵਿੱਚ ਕੁਝ ਨਹੀਂ ਕਰ ਸਕਦੇ ਤੇ ਇੱਕ ਹੋਰ ਗੱਲ ਕਹੀ ਆ ਵੀ ਅਸਲੇ ਦੇ ਲਾਇਸੈਂਸ ਰੀਨਿਊ ਨਹੀਂ ਹੋਇਆ ਕਰਨਗੇ ਤੇ ਇੱਕ ਦੋ ਗੱਲਾਂ ਹੋਰ ਵੀ ਕਹੀਆਂ ਵੀ ਭਾਈ ਆ ਆ ਕੰਮ ਖਾਸ ਕਰਕੇ ਪਾਸਪੋਰਟ ਦੀ ਵੈਰੀਫਿਕੇਸ਼ਨ ਦਾ ਕੰਮ ਉਹ ਵੀ ਰੁਕਿਆ ਕਰੂਗਾ ਵੀ ਜੇਕਰ ਤੁਸੀਂ ਇੱਥੇ ਧੂਆਂ ਰੋਲ ਕੀਤਾ ਤਾਂ ਸੋ ਭਾਈ ਸਖਤੀ ਵਾਲੇ ਨਿਯਮਾਂ ਤੇ ਬਾਕੀ ਦੇਖੋ ਬਣਦਾ ਕੀ ਪਰ ਇਹਦੇ ਨਾਲ ਹੀ ਟਾਣਾ ਸਾਹਿਬ ਸਖਤੀ ਇਕੱਲੀ ਕਿਸਾਨਾਂ ਤੇ ਨਹੀਂ ਹੋਣੀ ਚਾਹੀਦੀ ਮੈਂ ਫੇਰ ਉਹੀ ਗੱਲ ਕਹਿ ਰਹੀ ਹਾਂ ਸਭ ਤੇ ਹੀ ਹੋਣੀ ਚਾਹੀਦੀ ਜਿਹੜਾ ਵੀ ਪਲੀਤ ਕਰ ਰਿਹਾ ਚਾਹੇ ਉਹ ਮੈਂ ਆ ਚਾਹੇ ਕੋਈ ਹੋਰ ਹੈ ਜਿਹੜਾ ਵੀ ਪਲੀਤ ਕਰ ਰਿਹਾ ਹੈ ਜਿਹੜਾ ਵੀ ਕੁਝ ਗਲਤ ਕਰ ਰਿਹਾ ਉਹਦੇ ਖਿਲਾਫ ਕਾਰਵਾਈ ਹੱਲ ਵੀ ਕੱਢ ਕੇ ਦੋ ਹਨਾ ਵੀ ਤੁਸੀਂ ਆਪ ਅੱਗੇ ਵੀ ਗੱਲ ਕਰਦੇ ਖੇਤੀ ਚ ਬਚਦਾ ਹੀ ਕਿੰਨਾ ਘਾ ਤੇ ਉਹ ਵੀ ਜਿਉ ਇਦਾਂ ਪੈਟਰੋਲ ਡੀਜ਼ਲ ਦੇ ਨਾਲ ਸਾਰਾ ਕੁਝ ਉਹ ਕਹਿ ਲੋ ਵੀ ਇਹ ਸਭ ਕੁਝ ਦੇ ਉੱਪਰ ਖਰਚ ਦੇਣਗੇ ਤਾਂ ਉਹਨਾਂ ਦੇ ਕੋਲ ਕੀ ਬਚੂਗਾ ਉਹਦੇ ਲਈ ਹੱਲ ਵੀ ਸਰਕਾਰ ਨੂੰ ਕਰਕੇ ਲੈਣਾ ਚਾਹੀਦਾ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਲਓ ਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਨਾਲ ਨੇ ਹਰਮਨ ਸਿੰਘ ਜੀ ਤੇ ਗੱਲਾਂ ਬਾਤਾਂ ਕਰਾਂਗੇ ਅੱਗੇ ਹਰਮਨ ਜੀ ਤੁਹਾਨੂੰ ਗੱਲ ਦੱਸੋ ਭਗਵੰਤ ਮਾਨ ਨੇ ਚਿੰਟੂ ਚੱਕ ਦੇਣੇ ਚਿੰਟੂ 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 ਕੌਣ ਉਹ ਕੁਮਾਰ ਵਿਸ਼ਵਾਸ ਉਹਨੇ ਕਿਹਾ ਅੱਛਾ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਹੈਗੇ ਬਹੁਤ ਤਿੱਖੇ ਬੰਦੇ ਹੂੰ ਕੇਜਰੀਵਾਲ ਨੇ ਮੇਰੇ ਤੇ ਵੀ ਝੂਠਾ ਪਰਚਾ ਦਰਜ ਕਰਵਾਇਆ ਸੀ ਅੱਛਾ ਜੀ ਤੇਜਿੰਦਰ ਬੱਗਾ ਦੇ ਉੱਤੇ ਵੀ ਕਰਵਾਇਆ ਸੀਗਾ ਜਿਹੜਾ ਕਿ ਹੁਣ ਹਾਈ ਕੋਰਟ ਦੇ ਵੱਲੋਂ ਰੱਦ ਕੀਤਾ ਗਿਆ ਉਹ ਕਹਿੰਦੇ ਵੀ ਭਗਵੰਤ ਮਾਨ ਆ ਨਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬੰਦਾ ਵਧੀਆ ਇਹ ਪਗੜੀ ਸੰਭਾਲ ਜੱਟਾ ਲਹਿਰ ਵਾਂਗੂ ਚੱਲੇ ਹੂੰ ਤੇ ਸ਼ਹੀਦਾਂ ਦੇ ਸੁਪਣਿਆਂ ਦੀ ਗੱਲ ਕਰਕੇ ਤਾਂ ਸੱਤਾ ਦੇ ਵਿੱਚ ਆਏ ਆ ਤੇ ਭਗਵੰਤ ਮਾਨ ਆਪਦੇ ਜਜ਼ਬੇ ਦੇ ਨਾਲ ਸਰਕਾਰ ਚਲਾਵੇ ਇਹ ਦਿੱਲੀੋਂ ਚਿੰਟੂ ਭੇਜਣੇ ਆ ਤੇ ਦਿੱਲੀੋਂ ਚਿੰਟੂ ਭੇਜ ਦਿੱਤੇ ਆ ਇਹ ਚਿੰਟੂਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੀ ਪੰਜਾਬ ਤੇ ਅੱਛਾ ਜੀ ਤੇ ਮੈਂ ਮਨ ਦੇ ਵਿੱਚ ਹੁਤਾ ਮੈਂ ਕਿਹਾ ਭਗਵਾਨ ਜੀ ਮਾਨਕ ਇਹ ਚਿੰਟੂ ਦੇ ਪੈਰ ਥੋੜੀ ਲੱਗਣ ਦੇਣੇ ਆ ਹਾਂ ਕੋਈ ਚਿੰਟੂ ਚੁੰਟੂ ਨਹੀਂ ਚੱਲਦਾ ਇੱਥੇ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਚੱਲਣਗੇ ਹਾਂ ਬਿਲਕੁਲ ਤੇ ਪੰਜਾਬੀਆਂ ਦੀ ਸਦਾ ਹੀ ਬੱਲੇ ਬੱਲੇ ਆ ਬਈ ਰੈਣੀ ਵੀ ਚਾਹੀਦੀ ਆ ਹਾਂ ਬਿਲਕੁਲ ਸਹੀ ਇਹ ਚਿੰਟੂ ਕਿਹੜਾ ਹੋਇਆ ਇਹ ਬੰਦਾ ਆਪਦੇ ਦਿਮਾਗ ਤੇ ਜ਼ੋਰ ਪਾਵੇ ਵੀ ਮੈਨੂੰ ਤਾਂ ਚਿੰਟੂ ਫਲਾਣਾ ਲੱਗਦਾ ਬਿਲਕੁਲ ਪਪਲੂ ਆ ਨਾ ਹਾਂ ਇਹ ਕਿਹੜਾ ਹੋ ਸਕਦਾ ਨਹੀਂ ਨਹੀਂ ਪਪਲੂ ਨਹੀਂ ਚਿੰਟੂ ਚਿੰਟੂ ਠੀਕ ਹੈ ਚਿੰਟੂ ਠੀਕ ਹੈ ਉਹਨਾਂ ਨੇ ਚਿੰਟੂ ਕਿਹਾ ਤੇ ਖੈਰ ਆਪਾਂ ਅੱਗੇ ਵਧੀਆ ਟਾਣਾ ਸਾਹਿਬ ਆਪਾਂ ਪੈਨਸ਼ਨਰਸ ਦੀ ਗੱਲ ਕਰ ਲਈਏ ਦੇਖੋ ਜਿਹੜੇ ਬੰਦੇ ਨੂੰ ਜ਼ਰੂਰਤ ਹੈ ਉਹਨੂੰ ਜ਼ਰੂਰ ਪੈਨਸ਼ਨ ਮਿਲਣੀ ਚਾਹੀਦੀ ਹੈ ਉਹਨੂੰ ਸਰਕਾਰੀ ਸਹੂਲਤਾਂ ਦਾ ਲਾਭ ਮਿਲਣਾ ਚਾਹੀਦਾ ਜਿਹੜਾ ਲੋੜਵੰਦ ਹੈ ਜਿਹਨੂੰ ਜ਼ਰੂਰਤ ਹੈ ਉਹਦੇ ਤੱਕ ਜ਼ਰੂਰ ਇਹ ਸਾਰੀਆਂ ਸਹੂਲਤਾਂ ਪਹੁੰਚਣੀਆਂ ਚਾਹੀਦੀਆਂ ਨੇ ਪਰ ਬਹੁਤੀ ਵਾਰ ਆਪਾਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਲੋੜ ਨਹੀਂ ਕੋਠੀਆਂਕਾਰਾਂ ਵੱਡੀਆਂ-ਵੱਡੀਆਂ ਕਈ ਵਾਰ ਤਾਂ ਕੋਈ ਹੋਰ ਮਰਸਡੀਜ਼ ਗੱਡੀਆਂ ਦੇ ਵਿੱਚ 2 ਰੁਪਏ ਕਿਲੋ ਵਾਲੀ ਕਣਕ ਲੈ ਕੇ ਜਾਂਦੇ ਲੋਕ ਸਪਾਰਪਿਓਂ ਚ ਵੀ ਆਉਂਦੇ ਨੇ ਕਈ ਵਾਰੀ ਸੋ ਖੈਰ ਉਹ ਮਤਲਬ ਜਿਨ੍ਹਾਂ ਨੂੰ ਨਹੀਂ ਵੀ ਲੋੜ ਉਹਨਾਂ ਨੂੰ ਵੀ ਕਈ ਵਾਰੀ ਬਹੁਤ ਸਾਰੇ ਫਾਇਦੇ ਜਿਹੜੇ ਮਿਲ ਜਾਂਦੇ ਆ ਹੁਣ ਇੱਕ ਖਬਰ ਆਈ ਹੈ ਜਿਹੜਾ ਸਭ ਅੰਕੜੇ ਆਏ ਨੇ ਸਾਹਮਣੇ ਬਹੁਤ ਸਾਰੇ ਪੈਨਸ਼ਨਰਸ ਜਿਹੜੇ ਇਸ ਜਹਾਨੋਂ ਕੂਚ ਕਰ ਗਏ ਜਿਹੜੇ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਆ ਅਜੇ ਵੀ ਉਹਨਾਂ ਦੇ ਖਾਤਿਆਂ 'ਚ ਪੈਨਸ਼ਨ ਜਾਈ ਜਾਂਦੀ ਪਈ ਹੈ ਤੇ ਟੱਬਰ ਨੇ ਦੱਸਿਆ ਹੀ ਨਹੀਂ ਵਿਭਾਗ ਨੂੰ ਵੀ ਭਾਈ ਬਾਪੂ ਜੀ ਚਲੇ ਗਏ ਆ ਜੀ ਜੀ ਟੱਬਰ ਨੇ ਇਹ ਦੱਸਿਆ ਹੀ ਨਹੀਂ ਵੀ ਮਾਤਾ ਜੀ ਹੁਣ ਨਹੀਂ ਰਹੇ ਨਾ ਬੈਂਕ ਨੂੰ ਪਤਾ ਨਾ ਸਬੰਧਤ ਵਿਭਾਗ ਨੂੰ ਪਤਾ ਖਾਤੇ 'ਚ ਪੈਸੇ ਆਈ ਜਾਂਦੇ ਆ ਖਾਤੇ 'ਚ ਪੈਸੇ ਆਈ ਜਾਂਦੇ ਆ ਖਾਤੇ 'ਚ ਪੈਸੇ ਘਟਵਾਦ ਆਈ ਜਾਂਦੇ ਆ ਤੇ ਜਨਾਬ ਜੀ ਬਾਪੂ ਵਾਲਾ ਖਾਤਾ ਵਰਤੀ ਜਾਂਦੇ ਆ ਬੇਬੇ ਵਾਲਾ ਖਰਤਾ ਵਰਤੀ ਜਾਂਦੇ ਆ ਤੇ ਪਤਾ ਹੀ ਨਹੀਂਗਾ ਆ ਹੁਣ ਜਦੋਂ ਇਨਕੁਆਰੀ ਹੋਈ ਆ ਜਦੋਂ ਪੜਤਾਲ ਕੀਤੀ ਆ ਤੇ ਇਹ ਕੱਲੇ ਕੱਲੇ ਘਰ ਦੇ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਇਹਨੇ ਪੜਤਾਲ ਕੀਤੀ ਆ 80000 ਤੋਂ ਵੱਧ ਇਹੋ ਜੇ ਬਜ਼ੁਰਗ ਆ ਜਿਹੜੇ ਦੁਨੀਆ ਦੇ ਉੱਤੋਂ ਚਲੇ ਗਏ ਆ ਕਾਫੀ ਲੰਮਾ ਸਮਾਂ ਪਹਿਲਾਂ ਜੀ ਪਰ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਫੇਰ ਵੀ ਜਾ ਰਹੀ ਆ ਜੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਇਹ ਅੰਕੜਾ 80910 ਦਾ ਜਿਹੜੇ ਬਜ਼ੁਰਗ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਪੈਨਸ਼ਨ ਮਿਲ ਰਹੀ ਉਸ ਤੋਂ ਬਾਅਦ ਕਈ ਔਰਤਾਂ ਇਹੋ ਜਿਹੀਆਂ ਟਾਣਾ ਸਾਹਿਬ ਜਿਨ੍ਹਾਂ ਨੇ ਦੁਬਾਰਾ ਵਿਆਹ ਕਰਵਾ ਲਏ ਪਰ ਵਿਧਵਾ ਪੈਨਸ਼ਨ ਅਜੇ ਵੀ ਮਿਲ ਜੰਦੀਆਂ ਉਹਨਾਂ ਨੂੰ ਉਸ ਤੋਂ ਅੱਗੇ ਕਈ ਜਿਹੜੇ ਆਸ਼ਰਿਤ ਬੱਚੇ ਹੁੰਦੇ ਨੇ ਜਿਹੜੇ ਬੇਸਹਾਰਾ ਬੱਚੇ ਹੁੰਦੇ ਨੇ ਉਹਨਾਂ ਨੂੰ 21 ਸਾਲ ਦੀ ਉਮਰ ਤੱਕ ਪੈਨਸ਼ਨ ਮਿਲਦੀ ਹੈ ਪਰ ਉਹ 21 ਸਾਲਾਂ ਤੋਂ ਵੱਡੇ ਵੀ ਹੋ ਗਏ ਤਾਂ ਵੀ ਉਹਨਾਂ ਨੂੰ ਪੈਸੇ ਇਹ ਜਿਹੜੇ ਆ ਉਹ ਮਿਲੇ ਜਾ ਰਹੇ ਆ ਸੋ ਇਹ ਸਾਰਾ ਕੁਝ ਚੱਲ ਰਿਹਾ ਇਸ ਵੇਲੇ ਪੰਡਤ ਬੇਨਤੀ ਸਿਰਫ ਇਹ ਆ ਖਬਰ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਭਾਈ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਪਾਲਣ ਕਰਗੇ ਜੇ ਉਹਨਾਂ ਨੂੰ ਸਹੂਲਤ ਨਹੀਂ ਮਿਲਦੀ ਤਾਂ ਫਿਰ ਸਰਕਾਰ ਗਲਤ ਆ ਹਮ ਪਰ ਜਦੋਂ ਸਾਡੀ ਲੋੜ ਪੂਰੀ ਹੋ ਗਈ ਤੇ ਅਸੀਂ ਲਾਲਚ ਨਹੀਂ ਛੱਡਦੇ ਤੇ ਫਿਰ ਅਸੀਂ ਸਹੀ ਹ ਬਿਲਕੁਲ ਬਿਲਕੁਲ ਇਹ ਵੀ ਗੱਲ ਸੋਚਣ ਵਾਲੀ ਆ ਇਹ ਬਿਲਕੁਲ ਓਵੇਂ ਆ ਗੱਲ ਅਖੇ ਜਿਹੜਾ ਤਾਂ ਕੂੜਾ ਚੱਕਦਾ ਉਹ ਤਾਂ ਅਨਪੜਾ ਤੇ ਜਿਹੜਾ ਕੂੜਾ ਖਿਲਾਰਦਾ ਤੇ ਉਹ ਕੀ ਆ ਉਹ ਪੜਿਆ ਲਿਖਿਆ ਉਹ ਪੜਿਆ ਲਿਖਿਆ ਸੋ ਇਹ ਆ ਕਿ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਵੀ ਸਿੱਖੀ ਜੀ ਬਿਲਕੁਲ ਔਰ ਮੈਂ ਨਾ ਇੱਥੇ ਇੱਕ ਬੇਨਤੀ ਵੀ ਕਰਨਾ ਚਾਹੁੰਨੀ ਆ ਟਾਣਾ ਸਾਹਿਬ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਕੋਈ ਨਾ ਕੋਈ ਨਿਯਮ ਇਹੋ ਜਿਹਾ ਵੀ ਜ਼ਰੂਰ ਬਣਨਾ ਚਾਹੀਦਾ ਕਿ ਜਿਹੜਾ ਜਾਤਧ ਪਰ ਬੰਦੇ ਦੀ ਆਮਦਨ ਕਿੰਨੀ ਆਮਦਨ ਆਧਾਰਿਤ ਹੋਏ ਹੂੰ ਜੇ ਨੂੰ ਕਿਸੇ ਨੂੰ ਲੋੜ ਹੈ ਜਿਹੜਾ ਬੰਦਾ ਕੋਈ ਬਹੁਤਾ ਨਹੀਂ ਕਮਾ ਪਾ ਰਿਹਾ ਜਿਹਦੇ ਲਈ ਦੋ ਵੇਲੇ ਦੀ ਰੋਟੀ ਕਮਾਉਣੀ ਔਖੀ ਹੋਈ ਹੋਈ ਹੈ ਉਸ ਬੰਦੇ ਨੂੰ ਵੀ ਤਾਂ ਸਹੂਲਤ ਮਿਲਣੀ ਚਾਹੀਦੀ ਹੈ ਨਾ ਉਹ ਬੰਦਾ ਜਿਹੜਾ ਉਹ ਵੀ ਜਨਰਲ ਕੈਟਾਗਰੀ ਦੇ ਕਈ ਲੋਕ ਇਸ ਵੇਲੇ ਬਹੁਤ ਔਖੇ ਵੇਲੇ ਦੇ ਵਿੱਚੋਂ ਨਿਕਲਦੇ ਆ ਤੇ ਕਈ ਜਿਹੜੇ ਆ ਬਾਕੀ ਕੈਟਾਗਰੀ ਵਾਲੇ ਜਿਹੜੇ ਤੇ ਉਹ ਇਸ ਵੇਲੇ ਬਹੁਤ ਆਰਥਿਕ ਪੱਖੋਂ ਸੁਖਾਵੇਂ ਆ ਹੁਣ ਕਿਹੜੀ ਘਰ ਦੇ ਵਿੱਚ ਕੌਣ ਪੈਦਾ ਹੋ ਗਿਆ ਇਹ ਉਹਦਾ ਕਸੂਰ ਥੋੜੀ ਆ ਜੀ ਬਿਲਕੁਲ ਕੋਈ ਬੱਚਾ ਪੈਦਾ ਹੋਇਆ ਜਦੋਂ ਨਾ ਤਾਂ ਉਹਨੂੰ ਪਤਾ ਵੀ ਮੈਂ ਕੋਈ ਜਨਰਲ ਕੈਟਾਗਰੀ ਦੇ ਘਰ ਦੇ ਵਿੱਚ ਆ ਨਾ ਪਛੜੀ ਸ਼੍ਰੇਣੀ ਦੇ ਕੋਲੇ ਆ ਮੈਂ ਤਾਂ ਇਹ ਸੋਚਦਾ ਵੀ ਸ਼੍ਰੇਣੀ ਸ਼੍ਰੋਣੀ ਵਾਲੀ ਗੱਲ ਹੀ ਨਹੀਂ ਚਾਹੀਦੀ ਸਾਰੇ ਬਰਾਬਰ ਦਾ ਲੋਕ ਹੋਵੇ ਇਨਸਾਨੀਅਤ ਦੀ ਗੱਲ ਹੋਵੇ ਬਰਾਬਰਤਾ ਦੀ ਗੱਲ ਹੋਵੇ ਪਰ ਆਰਥਿਕ ਤੌਰ ਦੇ ਉੱਤੇ ਕਿਹੜਾ ਟੁੱਟਿਆ ਹੋਇਆ ਇਹਦੇ ਮੁਤਾਬਕ ਲਾਭ ਮਿਲਣਾ ਚਾਹੀਦਾ ਨਾ ਕਿ ਵੀ ਭਾਈ ਇਸ ਜਾਤ ਨੂੰ ਆਏ ਦੇ ਲਈ ਇਧਰੋਂ ਵੋਟ ਐ ਆਜੂ ਇਧਰੋਂ ਵੋਟ ਇਦਾਂ ਆਜੂ ਆ ਵੀ ਲਾਲਚ ਛੱਡੋ ਤੁਸੀਂ ਇਹਨਾਂ ਵੋਟਾਂ ਦੇ ਲਾਲਚੋਂ ਬਾਹਰ ਆਓ ਤੇ ਜਿਹੜਾ ਬੰਦਾ ਵਾਕਈ ਲੋੜਵੰਦ ਹੈ ਉਹਨੂੰ ਤੁਸੀਂ ਜ਼ਰੂਰ ਉਹਦੀ ਮਦਦ ਕਰੋ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨ ਜੀ ਆਪਾਂ ਨੇ ਨਸ਼ੇ ਦੀ ਗੱਲ ਕਈ ਵਾਰ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਕਿ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਨਸ਼ਾ ਓਵੇਂ ਹੀ ਵਿਕ ਰਿਹਾ ਵੱਧ ਰਿਹਾ ਵਰਤਿਆ ਜਾ ਰਿਹਾ ਵੇਚਿਆ ਜਾ ਰਿਹਾ ਜਿਵੇਂ ਕਿ ਪਹਿਲੀਆਂ ਸਰਕਾਰਾਂ ਦੇ ਮੌਕੇ ਸੀ ਜੀ ਪਰ ਨਾ ਇੱਕ ਬਹੁਤ ਵੱਡਾ ਮੀਡੀਆਦਾਰਾ ਉਹਦੇ ਵੱਲੋਂ ਇੱਕ ਵੱਖਰੀ ਸਟੋਰੀ ਕੀਤੀ ਗਈ ਹੈ ਇੱਕ ਵੱਖਰੀ ਖਬਰ ਕੱਢ ਕੇ ਲਿਆਂਦੀ ਗਈ ਅੰਦਰੋਂ ਅੰਮ੍ਰਿਤਸਰ ਦੇ ਇੱਕ ਚੌਂਕ ਦੇ ਵਿੱਚ ਉਸ ਪੱਤਰਕਾਰ ਦੇ ਵੱਲੋਂ ਖੜਕੇ ਇੱਕ 19 ਸਾਲ ਦੀ ਕੁੜੀ ਦੀ ਮੁਲਾਕਾਤ ਕੀਤੀ ਗਈ ਹੈ ਠੀਕ ਉਸ ਕੁੜੀ ਦਾ ਨਾਮ ਦੱਸਣ ਦੀ ਲੋੜ ਨਹੀਂ ਇੱਥੇ ਨਹੀਂ ਪਰ ਉਹਨੇ ਜਿਹੜੀ ਕਹਾਣੀ ਬਿਆਨ ਕੀਤੀ ਆ ਉਹ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀ ਵੀ ਅਸੀਂ ਕਿਹੜੇ ਰੰਗਲੇ ਪੰਜਾਬ ਦੇ ਵਾਸੀ ਆ ਹੂੰ ਤੇ ਇਸ ਪੰਜਾਬ ਦੇ ਵਿੱਚ ਆਹ ਕੁਝ ਵੀ ਹੋ ਸਕਦਾ ਜੀ ਗੁਰੂ ਦੀ ਨਗਰੀ ਦੇ ਵਿੱਚ ਵੀ ਆਹ ਕੁਝ ਹੋ ਸਕਦਾ ਹੈ ਤਾਂ ਚਲੋ ਪੂਰਾ ਪੰਜਾਬ ਗੁਰੂਆਂ ਦੇ ਨਾਂ ਦੇ ਉੱਤੇ ਵਰਸ ਆਇਆ ਪਰ ਅੰਮ੍ਰਿਤਸਰ ਦੀ ਗੱਲ ਜਾਂ ਹੋਰ ਤਰਨਤਾਰਨ ਦੀ ਗੱਲ ਕਰਦੇ ਉਹਨਾਂ ਐ ਲੱਗਦਾ ਯਾਰ ਇੱਥੇ ਤਾਂ ਨਹੀਂ ਆਏ ਹੋ ਸਕਦਾ ਪਰ ਹੁਣ ਉਸ ਚੌਂਕ ਦੇ ਵਿੱਚ 8 ਵਜੇ ਦਾ ਵੇਲਾ 8:08 ਵਜੇ ਦਾ ਵੇਲਾ ਉਸ ਚੌਂਕ ਦੇ ਵਿੱਚ ਇੱਕ 19 19 ਸਾਲ ਦੀ ਕੁੜੀ ਆਉਂਦੀ ਹੈ ਉਹ ਕੁੜੀ ਆਪਣੀ ਸਾਰੀ ਦਰਦ ਕਹਾਣੀ ਉਸ ਪੱਤਰਕਾਰ ਨੂੰ ਬਿਆਨ ਕਰਦੀ ਹੈ ਕਿਉਂਕਿ ਉਹਨੇ ਨੂੰ ਭਰੋਸੇ ਚ ਲਿਆ ਉਹ ਕੁੜੀ ਨੇ ਦੱਸਿਆ ਜੀ ਕਿ ਮੈਂ ਜਦੋਂ ਮੂੰਹ ਨੇ ਰਾਜਾ ਹੁੰਦਾ ਉਦੋਂ ਸੜਕ ਦੇ ਉੱਤੇ ਨਿਕਲਿਆ ਹੁੰਨੀ ਐ ਅੱਛਾ ਜੀ ਮੈਨੂੰ ਚਿੱਟੇ ਦੀ ਤੋੜ ਵੀ ਹੁੰਦੀ ਤੇ ਚਿੱਟੇ ਦੀ ਭਾਲ ਵੀ ਹੁੰਦੀ ਐ ਫਿਰ ਮੇਰੇ ਵਾਲੇ ਜਿਹੜਾ ਵੀ ਬੰਦਾ ਟਿਕਟਕੀ ਲਾ ਕੇ ਦੇਖਦਾ ਮੈਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੇ ਨਾਲ ਚੱਲਣ ਵਾਸਤੇ ਰਾਜ਼ੀ ਆ ਕਿਉਂਕਿ ਬੰਦਿਆਂ ਦੀ ਕਹਿੰਗੇ ਦੀ ਹਰਤ ਹੁੰਦੀ ਵੀ ਜਿੱਥੇ ਔਰਤ ਖੜੀ ਆ ਉੱਥੇ ਪੂਰੇ ਟਿਕਟਕੇ ਲਾ ਕੇ ਦੇਖਣਾ ਵੀ ਇਹ ਕੀ ਕਹਿੰਦੀ ਆ ਕਾ ਤੋ ਖੜੀ ਹੋਈ ਉਹ ਕਹਿੰਦੀ ਮੈਨੂੰ ਵੀ ਪਰਖਾ ਹੁਣ ਵੀ ਜਿਹੜਾ ਮੇਰੇ ਵੱਲ ਟਿਕਟਕੀ ਲਾ ਕੇ ਦੇਖਣ ਲੱਗ ਪਿਆ ਜਾਂ ਕੋਈ ਇਸ਼ਾਰਾ ਕਰੂਗਾ ਤੇ ਉਹ ਮੇਰੇ ਨਾਲ ਜਾਣ ਨੂੰ ਰਾਜ਼ੀ ਆ ਮੈਂ ਆਪਣੀ ਦੇਹ ਵੇਚਦੀ ਆ ਤੇ ਜਿਹੜੇ ਉੱਥੋਂ ਪੈਸੇ ਮਿਲਦੇ ਆ ਉਹਦਾ ਮੈਂ ਚਿੱਟਾ ਲੈਣੀ ਆ ਫਲਾਣੀ ਥਾਂ ਤੋਂ ਜੇ ਮੈਂ ਦੇਹ ਨਾ ਵੇਚੂੰਗੀ ਤਾਂ ਫਿਰ ਮੈਂ ਚਿੱਟਾ ਕਿਵੇਂ ਲਾਉਂਗੀ ਤੇ ਜੇ ਮੈਂ ਚਿੱਟਾ ਨਾ ਲਾਉਂਗੀ ਤਾਂ ਫਿਰ ਮੈਂ ਜਿਉਂਦੀ ਕਿਵੇਂ ਰਹੂੰਗੀ ਇਸ ਕਰਕੇ ਉਹ ਕਹਿੰਦੀ ਮੇਰੀ ਮਜਬੂਰੀ ਬਣ ਗਈ ਆ ਉਹ ਕਹਿੰਦੀ ਚਿੱਟਾ ਲੈਣਾ ਵੀ ਕੋਈ ਔਖਾ ਨਹੀਂ ਤੇ ਗਾਹਕ ਲੱਭਣਾ ਵੀ ਕੋਈ ਔਖਾ ਨਹੀਂ ਨਾ ਮੈਨੂੰ ਕਦੇ ਚਿੱਟਾ ਲੈਣ ਦੇ ਵਿੱਚ ਦਿੱਕਤ ਆਈ ਆ ਨਾ ਮੈਨੂੰ ਆਪਦੇ ਸਰੀਰ ਦਾ ਕੋਈ ਪਿੰਡੇ ਦਾ ਗਾਹਕ ਲੱਭਣ ਦੇ ਵਿੱਚ ਕਦੇ ਕੋਈ ਸਮੱਸਿਆ ਆਈ ਆ ਉਹ ਕਹਿੰਦੀ ਮੈਂ ਇੱਕ ਹੋਟਲ ਦੇ ਵਿੱਚ ਵੀ ਭਾਂਡੇ ਮਾਂਜਣ ਲੱਗੀ ਸੀ ਪਰ ਉੱਥੇ ਮੈਨੂੰ ਚੋਰ ਨਹੀਂ ਕਰਕੇ ਭਜਾਤਾ ਫਿਰ ਮੈਂ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਲੱਗੀ ਉਹਨਾਂ ਨੇ ਵੀ ਮੈਨੂੰ ਭਜਾਤਾ ਉੱਥੇ ਵੀ ਮੇਰੇ ਨਾਲ ਕਈ ਬੰਦੇ ਆਹੇ ਕੁਝ ਕਰਨੇ ਸੀਗੇ ਪਰ ਫਿਰ ਮੈਂ ਇਹ ਰਾਹ ਚੁੜਿਆ ਵੀ ਦਿਨੇ ਆਪਦਾ ਟੌਰ ਨਾਲ ਰਹੋ ਲੋੜਾਂ ਪੂਰੀਆਂ ਕਰੋ ਤੇ ਆਥਣ ਦੇ ਵੇਲੇ ਮੂੰਹ ਨੇਰੇ ਆਪਣੇ ਘਰੋਂ ਨਿਕਲੋ ਤੇ ਸਾਰੀਆਂ ਲੋੜਾਂ ਪੂਰੀਆਂ ਕਰਕੇ ਤੇ ਆਪਦਾ ਫੇਰ ਘਰੇ ਆਜੋ ਤੇਣਾ ਸਾਹਿਬ ਇੱਕ ਕਹਾਣੀ ਹੈ ਜਿਨੇ ਹਿੰਮਤ ਕਰਕੇ ਦੱਸ ਦਿੱਤਾ ਪਤਾ ਨਹੀਂ ਇਹੋ ਜਿਹਾਂ ਹੋਰ ਕਿੰਨੀਆਂ ਕਹਾਣੀਆਂ ਹੋਣਗੀਆਂ ਪਤਾ ਨਹੀਂ ਹੋਰ ਕਿੰਨੇ ਸਾਰੇ ਲੋਕ ਕਿੰਨੇ ਸਾਰੇ ਮੁੰਡੇ ਵੀ ਕਿੰਨੀਆਂ ਸਾਰੀਆਂ ਕੁੜੀਆਂ ਵੀ ਹੋਰ ਹੋਣਗੀਆਂ ਜਿਹੜੀਆਂ ਮਜਬੂਰੀ ਵਾਸ ਆ ਕੁਝ ਕਰਨ ਦੇ ਲਈ ਉਹ ਮਜਬੂਰ ਨੇ ਹੈਨਾ ਜਾਂ ਜਿਹੜੀਆਂ ਇਸ ਗਲਤ ਰਾਹ ਦੇ ਉੱਪਰ ਤੁਰ ਰਹੀਆਂ ਨੇ ਪਤਾ ਨਹੀਂ ਮੋੜਾ ਕਿਵੇਂ ਪਊਗਾ ਹੈਨਾ ਵੀ ਤੁਸੀਂ ਇਹ ਵੇਖੋ ਇਹ ਸਭ ਤੋਂ ਵੱਡੀ ਗੱਲ ਹੈ ਵੀ ਉਹ ਕਹਿੰਦੇ ਵੀ ਨਸ਼ਾ ਮਿਲਣਾ ਵੀ ਕੋਈ ਔਖਾ ਨਹੀਂ ਦਾਕ ਲੱਭਣਾ ਵੀ ਕੋਈ ਔਖਾ ਨਹੀਂ ਹੈ ਨਾ ਇਹ ਆਪਣੇ ਆਪ ਦੇ ਵਿੱਚ ਚਾਹੇ ਚਾਰ ਸ਼ਬਦ ਨੇ ਪਰ ਇਹ ਬਹੁਤ ਡੂੰਗਾ ਮਤਲਬ ਛੱਡ ਜਾਂਦੇ ਨੇ ਸਾਨੂੰ ਇਹ ਵਿਚਾਰਨਾ ਪਊਗਾ ਕਿ ਆਖਰਕਾਰ ਜੇ ਇਹੀ ਕੁਝ ਪੰਜਾਬ 'ਚ ਹੁੰਦਾ ਰਿਹਾ ਤਾਂ ਫਿਰ ਸਾਰਾ ਕੁਝ ਠੀਕ ਕਿਵੇਂ ਹੋਊਗਾ ਸੱਬੇਕ ਤਰੀਕੇ ਦੇ ਨਾਲ ਇਹਨਾਂ ਗੱਲਾਂ ਬਾਰੇ ਸੋਚਣਾ ਪਊਗਾ ਜੀ ਹੋਛੀ ਗਲਤ ਨਹੀਂ ਕਰਨੀ ਚਾਹੀਦੀ ਵੀ ਭਾਈ ਇਹ ਕੀ ਕੁਝ ਹੋ ਰਿਹਾ ਤੇ ਪੰਜਾਬ ਕਿਹੜੇ ਪਾਸੇ ਨੂੰ ਮੋੜਾ ਘਟ ਰਿਹਾ ਜੀ ਜਾਂ ਤਾਂ ਇਹ ਗੱਲ ਕਹਿ ਲਈਏ ਵੀ ਦੁਨੀਆ ਭਰ ਦੇ ਵਿੱਚ ਐਦਾਂ ਹੁੰਦਾ ਹੀ ਆ ਤੇ ਜਾਂ ਐਦਾਂ ਕਹਿ ਲਈਏ ਵੀ ਗੁਰੂਆਂ ਦੀ ਧਰਤੀ ਦੇ ਉੱਤੇ ਐਦਾਂ ਹੁੰਦਾ ਨਹੀਂ ਸੀ ਸਾਨੂੰ ਇੱਕ ਗੱਲ ਦੀ ਚੋਣ ਕਰਨੀ ਪਾਉਗੀ ਜੇ ਸਾਨੂੰ ਸੂਤਜਾ ਲੱਗਦਾ ਸੀ ਪਰਲੇ ਪਾਸੇ ਹੋ ਜਾਂਦੇ ਆ ਇਧਰੋਂ ਸੂਤਜਾ ਲੱਗਦਾ ਸੀ ਇਧਰਲੇ ਪਾਸੇ ਹੋ ਜਾਂਦੇ ਆ ਪੰਜਾਬ ਦੇ ਵਿੱਚ ਨਸ਼ਾ ਸੱਚੀ ਮੁੱਚੀ ਵਿਕ ਰਿਆ ਹਰ ਰੋਜ਼ ਓਵਰਡੋਜ਼ ਦੇ ਕਰਕੇ ਲੋਕਾਂ ਦੀ ਮੌਤ ਹੋ ਰਹੀ ਆ ਹਰ ਰੋਜ਼ ਹੀ ਪੁਲਿਸ ਤੰਤਰ ਦੇ ਉੱਤੇ ਦੋਸ਼ ਲੱਗ ਰਹੇ ਆ ਹਰ ਰੋਜ਼ ਹੀ ਤਸਕਰ ਲੱਭ ਰਹੇ ਆ ਪਰ ਗੱਲ ਇਹ ਆ ਵੀ ਜੇਕਰ ਕੋਈ ਦੋ ਚਾਰ ਕੁੜੀਆਂ ਵੇਚਣ ਵਾਲਾ ਫੜਿਆ ਜਾਂਦਾ ਅਸੀਂ ਉਹਨੂੰ ਕੁੱਟ ਕੇ ਪੁਲਿਸ ਦੇ ਹਵਾਲੇ ਕਰਦੇ ਪੁਲਿਸ ਫੇਰ ਛੱਡ ਦਿੰਦੀ ਹੈ ਇਹ ਮਸਲੇ ਦਾ ਹੱਲ ਨਹੀਂ ਹੈ ਹਰ ਬੰਦੇ ਨੂੰ ਸਰਕਾਰ ਨੂੰ ਪੁਲਿਸ ਨੂੰ ਸਾਨੂੰ ਇਕੱਲੇ ਇਕੱਲੇ ਵਿਅਕਤੀ ਨੂੰ ਆਪੋ ਆਪਣੀ ਜ਼ਿੰਮੇਵਾਰੀ ਆਪ ਚੁਕਣੀ ਪਊਗੀ ਜੀ ਬਿਲਕੁਲ ਇਹ ਤਾਂ ਕਦੇ ਕਿਸੇ ਇੱਕ ਦੇ ਉੱਤੇ ਜਿਹੜਾ ਭਰੋਸਾ ਕਰਕੇ ਕਹਿ ਲਿਆ ਵੀ ਇਹਨੇ ਸਾਰਾ ਕੁਝ ਠੀਕ ਕਰ ਦੇਣਾ ਨਾ ਹੋਇਆ ਨਾ ਇਹਦਾ ਹੋਣਾ ਇਹ ਦੋਸ਼ਾਂ ਦੀ ਰਾਜਨੀਤੀ ਬਣ ਗਈ ਇਹ ਵੋਟਾਂ ਦੀ ਰਾਜਨੀਤੀ ਬਣ ਗਈ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਕਰਕੇ ਸਰਕਾਰ ਬਣਾ ਲਈ ਤੇ ਸਾਢੇ 4 ਥਲਾਂ ਬਾਅਦ ਫਿਰ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਕੀਤਾ ਨਸ਼ਾ ਖਤਮ ਕੀਤਾ ਇਦਾਂ ਚੱਲ ਪਿਆ ਤੇ ਹੁੰਦਾ ਕੱਖ ਵੀ ਨਹੀਂ ਬਿਲਕੁਲ ਸਹੀ ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਨ ਜੀ ਕੇਰਲਾ ਤੋਂ ਖਬਰ ਆਈ ਆ ਮੈਨੂੰ ਬਹੁਤ ਦੁੱਖ ਹੋਇਆ ਹੈ ਪੜ ਕੇ ਵੀ ਐਦਾਂ ਦੀ ਮਾਨਸਿਕਤਾ ਵੀ ਲੋਕਾਂ ਦੀ ਹੁੰਦੀ ਹੈ ਅਸੀਂ ਤਾਂ ਆਧੁਨਿਕ ਭਾਰਤ ਦੀ ਗੱਲ ਕਰਦੇ ਆ ਜੀ ਜੀ ਤੇ ਕੇਰਲ ਸਭ ਤੋਂ ਵੱਧ ਸਾਖਰ ਸੂਬਾ ਇਹੀ ਕਹਿਣ ਲੱਗੇ ਸੀ ਵੇ ਤੇ ਕੇਰਲ ਸਭ ਤੋਂ ਵੱਧ ਪੜ੍ਹਾਈ ਲਿਖਾਈ ਦੇ ਮਾਮਲੇ ਦੇ ਵਿੱਚ ਕੇਰਲ ਸੂਬਾ ਅੱਵਲ ਆ ਪਰ ਕੇਰਲ ਤੇ ਕੁਝ ਕੋ ਹੋਰ ਸੂਬਿਆਂ ਦੇ ਵਿੱਚ ਜਾਦੂ ਟੂਣੇ ਤੇ ਅੰਧਵਿਸ਼ਵਾਸ ਵੀ ਥੋੜੇ ਨਹੀਂ ਬਿਲਕੁਲ ਉਹਨਾਂ ਸੂਬਿਆਂ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਅੰਧਵਿਸ਼ਵਾਸ ਵੀ ਹੈ ਪਰ ਹੁਣ ਜਿਹੜੀ ਖਬਰ ਆਈ ਹੈ ਦੋ ਔਰਤਾਂ ਦੀ ਬਲੀ ਦਿੱਤੀ ਡਾਕਟਰ ਪਰਿਵਾਰ ਲੈਣ ਦਿੱਤੀ ਆ ਹੁਣੇ ਡਾਕਟਰ ਵੀ ਕਿਹੋ ਜੇ ਹੋਣਗੇ ਅੰਦਾਜ਼ਾ ਆਪੇ ਲਾ ਲਓ ਜੀ ਜਿਹੜੇ ਕਿ ਆਪਦੇ ਘਰ ਦੇ ਵਿੱਚ ਸੁੱਖ ਸ਼ਾਂ ਗਰੋ ਨਾ ਕੋਈ ਰਵੇ ਕੋਈ ਸਮੱਸਿਆ ਨਾ ਹੋਵੇ ਸੋ ਇਸ ਕਰਕੇ ਦੋ ਔਰਤਾਂ ਦੀ ਬਲੀ ਉਹਨਾਂ ਨੇ ਇੱਕ ਤੰਤਰਕ ਦੇ ਕਹਿੰਦੇ ਦਿੱਤੀ ਹੈ ਜੀ ਹੁਣ ਪੁਲਿਸ ਨੇ ਤੰਤਰਕ ਵੀ ਫੜ ਲਿਆ ਤੇ ਇਹ ਡਾਕਟਰ ਦਾ ਟੱਬਰ ਵੀ ਫੜ ਲਿਆ ਸਾਰਾ ਤੇ ਕੱਲੀ ਬਲੀ ਨਹੀਂ ਦਿੱਤੀ ਟਾਣਾ ਸਾਹਿਬ ਅੱਗੇ ਜੋ ਕੀਤਾ ਉਹ ਵੀ ਦੱਸੋ 56 ਟੁਕੜੇ ਕੀਤੇ ਔਰਤਾਂ ਨੇ 56 ਟੁਕੜੇ ਘਰ ਦੇ ਵਿੱਚ ਬੰਨ ਕੇ 56 ਟੁਕੜੇ ਕੀਤੇ ਬਾਅਦ ਵਿੱਚ ਰੰਨ ਕੇ ਔਰਤਾਂ ਨੂੰ ਖਾ ਵੀ ਗਏ ਤੇ ਕਹਿੰਦੇ ਜੀ ਤੰਤਰਿਕ ਦੇ ਕਹਿਣ ਦੇ ਉੱਤੇ ਅਸੀਂ ਇਹ ਕੀਤਾ ਸੀਗਾ ਵੀ ਘਰ ਦੇ ਵਿੱਚ ਖੁਸ਼ਹਾਲੀ ਰਹੂਗੀ ਜੀ ਬਿਲਕੁਲ ਇਹ ਖਬਰ ਜਿਹੜੀ ਹੈ ਇਹਨੇ ਸੱਚੀ ਸਾਰਾ ਕੁਝ ਟੈਣਾ ਸਾਹਿਬ ਵੀ ਇੱਕ ਦਮ ਨਾ ਝੋੜ ਦਿੱਤਾ ਬੰਦੇ ਨੂੰ ਕਿ ਤੁਸੀਂ ਇਹ ਵੇਖੋ ਵੀ ਕਿਵੇਂ ਇੱਕ ਇਨਸਾਨ ਇਨਸਾਨ ਨੂੰ ਵੱਢ ਕੇ ਉਹਦਾ ਮੀਟ ਬਣਾ ਕੇ ਤੇ ਉਹ ਖਾ ਵੀ ਗਿਆ ਤੇ ਬਾਕੀ ਜਿਹੜੇ ਟੋਟੇ ਕਹਿੰਦੇ ਬੱਚੇ ਸੀ ਨਾ 56 ਟੋਟੇ ਕੀਤੇ ਗਏ ਸੀ ਉਹਨਾਂ ਨੂੰ ਘਰ ਦੇ ਵਿੱਚ ਦਫਨਾ ਦਿੱਤਾ ਗਿਆ ਕਿ ਤਾਂ ਜੋ ਘਰ ਦੇ ਵਿੱਚ ਉਹ ਬਲਾਵਾ ਜੜੀਆਂ ਉੱਟਲ ਜਾਣ ਤੇ ਖੁਸ਼ਹਾਲੀ ਸਦਾ ਰਹੇ ਤੇ ਇਸ ਲਈ ਸਾਰਾ ਕੁਝ ਕੀਤਾ ਗਿਆ ਪਹਿਲਾਂ ਮਨੁੱਖ ਪਸ਼ੂਆਂ ਦੀ ਬਲੀ ਦਿੰਦਾ ਸੀ ਅਸੀਂ ਤਾਂ ਇਹ ਗੱਲ ਕਹਿੰਨੇ ਵੀ ਭਾਈ ਆਪਦੀ ਦੇ ਲੋ ਫਿਰ ਹੂੰ ਤੁਸੀਂ ਇਹ ਗੱਲ ਕਹਿੰਨੇ ਕਿ ਮੈਂ ਫਲਾਣੇ ਪਸ਼ੂ ਦੀ ਬਲੀ ਦੇ ਕੇ ਤੇ ਫਲਾਣੇ ਨੂੰ ਖੁਸ਼ ਕਰਦੇ ਆ ਅਸੀਂ ਭਗਵਾਨ ਨੂੰ ਅਸੀਂ ਰੱਬ ਨੂੰ ਖੁਸ਼ ਕਰਦੇ ਆ ਤੇ ਕਿਸੇ ਦੀ ਕਾਹਤੋਂ ਫਿਰ ਆਪਦੀ ਦੇ ਲੋ ਆਪਦੀ ਇੱਕ ਝਰੀਟਵਾ ਜੇ ਡਾਕਟਰ ਕੋਲੇ ਭਜਦੇ ਆ ਜੀ ਤੇ ਦੂਜੇ ਦੀ ਅਸੀਂ ਬਲੀ ਦਿੰਦੇ ਆ ਪਰ ਪਸ਼ੂਆਂ ਤੋਂ ਮਨੁੱਖਾਂ ਤੱਕ ਇਹ ਗੱਲ ਪਹੁੰਚ ਗਈ ਆ ਕਿ ਕਦੇ ਕਿਸੇ ਬੱਚੇ ਦੀ ਬਲੀ ਦੇ ਦਿਓ ਤੰਤਰਿਕ ਨੇ ਕਿਹਾ ਤੁਹਾਡੇ ਘਰ ਦੇ ਵਿੱਚ ਸੰਤਾਨ ਸੁਖਤਾ ਆਊਗਾ ਐਦਾਂ ਕਰ ਲੋ ਆਹ ਕਰ ਲੋ ਸਾਡੇ ਦੇਸ਼ ਦੇ ਵਿੱਚ ਆਹ ਕੁਝ ਵੀ ਚੱਲ ਰਿਹਾ ਜੀ ਜਿੱਥੇ ਅਸੀਂ ਗੱਲ ਕਰਦੇ ਆ ਸਾਇੰਸ ਦੀ ਜਿੱਥੇ ਅਸੀਂ ਗੱਲ ਕਰਦੇ ਆ ਵਿਗਿਆਨ ਦੀ ਉੱਥੇ ਜਦੋਂ ਇਹੋ ਜਿਹਿਆਂ ਉਹ ਵੀ ਡਾਕਟਰ ਪਰਿਵਾਰ ਦੇ ਵੱਲੋਂ ਜਦੋਂ ਆਹ ਸਾਰਾ ਕੁਝ ਕੀਤਾ ਗਿਆ ਤੁਸੀਂ ਸੋਚੋ ਉਹਨਾਂ ਦੀ ਮਾਨਸਿਕਤਾ ਕੀ ਹੋਊਗੀ ਔਰ ਇਹਦੇ ਵਰਗੀ ਇੱਕ ਹੋਰ ਖਬਰ ਵੀ ਟਾਣਾ ਸਾਹਿਬ ਆਇਆ ਉਹ ਕਹਿੰਦੇ ਵੀ ਹਾਥੀ ਜਿਹੜਾ ਉਹ ਮਤਲਬ ਪਰਿਵਾਰ ਜਿਹੜਾ ਉਹ ਹਾਥੀ ਦੇ ਨਾਲ ਕਹ ਲਓ ਵੀ ਉਹਦਾ ਵਪਾਰ ਜਿਹੜਾ ਜੁੜਿਆ ਹੋਇਆ ਸੀ ਹਨਾ ਤੇ ਉਹ ਹਾਥੀ ਬਿਮਾਰ ਹੋ ਗਿਆ ਕਿਤੇ ਹਾਥੀ ਨੂੰ ਠੀਕ ਕਰਨ ਲਈ ਆਪਣੇ ਦੋਸਤ ਦੀ ਹੀ ਬਲੀ ਦੇ ਦਿੱਤੀ ਹੂੰ ਉਹ ਵੀ ਤੰਤਰਕ ਨੇ ਕਿਹਾ ਸੀ ਵੀ ਜੇਕਰ ਤੁਸੀਂ ਚਾਹੋ ਨੇ ਵੀ ਤੁਹਾਡਾ ਹਾਥੀ ਤੰਦਰੁਸਤ ਹੋ ਜਾਏ ਤਾਂ ਫਿਰ ਕਿਸੇ ਦੀ ਬਲੀ ਦੇਣੀ ਪੈਣੀ ਹੈ ਤੇ ਜਿਹੜਾ ਸਭ ਤੋਂ ਨੇੜਲਾ ਸੀ ਉਹਦੀ ਦੇਤੀ ਕੂੜਾ ਭਰਿਆ ਹੋਇਆ ਦਿਮਾਗਾਂ ਦੇ ਵਿੱਚ ਅਸੀਂ ਇਹ ਸੋਚਦੇ ਹੀ ਨਹੀਂ ਸਾਡੇ ਹੱਥ ਨਹੀਂ ਕੰਬਦੇ ਇਹੋ ਜਿਹੇ ਹਰਕਤਾਂ ਕਰਨ ਲੱਗਿਆ ਪਤਾ ਨਹੀਂ ਕੀ ਅਸੀਂ ਹਾਸਲ ਕੀ ਕਰਨਾ ਚਾਹੁੰਦੇ ਆ ਇਹ ਸ਼ਾਇਦ ਸਾਨੂੰ ਆਪ ਨੂੰ ਨਹੀਂ ਪਤਾ ਹੈ ਨਾ ਕੁਝ ਵੀ ਕਿਸੇ ਦੇ ਕਹੇ ਤੇ ਵੀ ਅਸੀਂ ਕਰਨ ਲੱਗ ਜਾਂਦੇ ਵੀ ਤਾਂ ਤੰਤਰਿਕ ਨੇ ਕਿਹਾ ਤੇ ਆਹ ਕਰ ਦਿਓ ਫਲਾਣੇ ਬਾਬੂ ਬਣੇ ਨੇ ਕਿਹਾ ਤੇ ਆਹ ਕਰ ਦਿਓ ਪਤਾ ਨਹੀਂ ਕਿਉਂ ਅਸੀਂ ਵੀ ਰੱਬ ਤਾਂ ਹੀ ਪਹੁੰਚਣ ਲਈ ਵੀ ਕਦੀ ਏਜੰਟ ਹੁੰਦੇ ਨੇ ਜਿੰਨਾ ਤੁਹਾਡਾ ਰੱਬ ਹੈ ਉਹਨਾਂ ਹਰ ਕਿਸੇ ਦਾ ਰੱਬ ਹੈ ਜਿੰਨਾ ਤੁਸੀਂ ਵਿਸ਼ਵਾਸ ਕਰਦੇ ਹੋ ਕਿਸੇ ਚੀਜ਼ 'ਚ ਉਹ ਨਹੀਂ ਹਰ ਕੋਈ ਕਰਦਾ ਤੁਸੀਂ ਏਜੰਟਾਂ ਦੇ ਰਾਹ ਇਕਾਥੇ ਪੈ ਜਾਂਦੇ ਹੋ ਇਹ ਸਮਝ ਨਹੀਂ ਆਉਂਦੀ ਪਰ ਲੋਕਾਂ ਨੂੰ ਸਮੱਤ ਬਖਸ਼ੇ ਪ੍ਰਮਾਤਮਾ ਲੋਕਾਂ ਨੂੰ ਸਮੱਤ ਆਵੇ ਸੱਚੀ ਇੰਨੀਆਂ ਪੜਾਈਆਂ ਲਿਖਾਈਆਂ ਦਾ ਵੀ ਕੋਈ ਫਾਇਦਾ ਨਹੀਂ ਜੇ ਤੁਹਾਡਾ ਸਿਰ ਨਾਲ ਸੰਬੰਧ ਹੀ ਹੈ ਨਹੀਂ ਹੂੰ ਬਿਲਕੁਲ ਸਹੀ ਤੇ ਆਪਾਂ ਹੁਣ ਚਲੀਏ ਤਾਨਾ ਸਾਹਿਬ ਜਾਣਦਾ ਹੋ ਗਿਆ ਵੇਲਾ ਜੀ ਆਪਣੀ ਪ੍ਰਤੀਕਿਰਿਆ ਜ਼ਰੂਰ ਛੱਡਦੇ ਪਹੁੰਚਾਓ ਦੋਵਾਂ ਦੇ ਇਜਾਜ਼ਤ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ